ਸਿਰਫ 9 ਲੱਖ ਰੁਪਏ ਦੀ ਕਾਰ ਦੇ ਦੇਣੀ ਆਪਾਂ ਮੈਂ ਤਾਂ ਤਰਲੇ ਕਰਾਉਣੇ ਤੁਸੀਂ ਇਹਨਾਂ ਤੇ ਤੁਹਾਡੇ ਵਾਸਤੇ ਆਪਾਂ ਇੰਨੀ ਇੰਨੀ ਘੈਂਟ ਕਾਰਾਂ ਲੈ ਕੇ ਆਉਣੇ ਹੈਗੇ ਤੇ ਮਾਡਲ 2018 ਓਨਰ ਸੀਰੀਅਲ ਫਸਟ ਵੇ ਇਹ ਗੱਡੀ ਨਵੀਂ ਨਹੀਂ ਮਿਲਦੀ ਜੀ ਸ਼ੋਰ
ਤੇ ਫਿਰਦੇ ਸੀ ਗੱਡੀ ਨੂੰ ਟਿਊਟਾ ਦਾ ਲੈਂਡ ਕਰੂਜ਼ਰ ਪ੍ਰਾਡੋ ਮਾਡਲ ਹੈ ਜਿਹੜੇ ਭਰਾ ਕਹਿੰਦੇ ਵੀ ਐਨਆਰਆਈ ਵੀ ਕਹਿੰਦੇ ਬਾਹਰੋਂ ਆਏ ਆ ਤਾਂ ਗੱਡੀ ਐਸੀ ਹੋਵੇ ਜਿਹੜੀ ਛੇਤੀ ਦਿਖਣ ਚ ਨਾ ਮਿਲੇ ਮਹਿੰਗੀ ਬਹੁਤ ਅੱਜ ਨਵੀਂ ਲੈਣ ਜਾਓ ਨਾ ਤਾਂ ਕਦੀ ਕਦੀ 1.5 ਕਰੋੜ ਦੇ ਆਸ-ਪਾਸ ਦੀ ਗੱਡੀ ਹੈ ਫੋਰਚੂਨਰ ਮਾਰਕੀਟ ਦੇ ਵਿੱਚ ਜਾਓਗੇ ਨਾ ਤੁਹਾਨੂੰ 100 ਮਿਲ ਜੂ 200 ਮਿਲ ਜੂ ਤੁਹਾਨੂੰ ਦੇਖਣ ਨੂੰ ਮਿਲਣ ਬਾਜੀ ਇਹਦਾ ਇਹ ਇੱਕ ਵੀ ਨਹੀਂ ਮਿਲਦਾ ਲਓ ਵੀ ਮਿੱਤਰੋ ਤੁਹਾਡਾ 4 ਲੱਖ ਰੁਪਏ ਦਾ ਫਾਇਦਾ ਕਾਰ ਦੇ ਵਿੱਚੋਂ ਅਗਰ ਤੁਸੀਂ ਉਹ ਕਾਰ ਬਾਈ ਕਰਦੇ ਹੋ ਇਹ ਕਾਰ ਬੰਪਰ ਟੂ ਬੰਪਰ ਆਲ ਓਰੀਜਨਲ ਹੈ ਜੀ ਠੀਕ ਹੈ ਜੀ ਸਿਰਫ ਹੁਣ 8000 ਕਿਲੋਮੀਟਰ ਚੱਲੇ 59000 ਚੱਲੇ 2000 ਕਾਰਾਂ ਦਾ ਕੰਮ ਕਰਦੇ ਆ ਸਾਨੂੰ ਕੰਮ ਕਰਦੇ ਹੋਏ ਕਰੀਬ ਕਰੀਬ 24-25 ਸਾਲ ਹੋ ਗਏ ਸਾਡਾ ਜਿਹੜਾ ਆਫਿਸ ਦਾ ਨਾਮ ਫ੍ਰੈਂਚ ਕਾਰ ਲਾਈਨ ਹੈ ਸੋ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਆਪਾਂ ਕੰਮ ਤਸੱਲੀ ਬਖਸ਼ ਕਰਦੇ ਆ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਹੌਲੀ ਹੌਲੀ ਕੰਮ ਵਧਾਇਆ ਆਪਣਾ ਸੋ ਅਸੀਂ ਚਾਹਾਂਗੇ ਵੀ ਅੱਛੀ ਗੱਡੀ ਦਈਏ ਵਧੀਆ ਕਾਰ ਦਈਏ ਸਰਵਿਸ ਰਿਕਾਰਡ ਵਾਲੀ ਕਾਰ ਦਈਏ ਇਹ ਜਿਹੜੀ ਵੀਡੀਓ ਆਪਾਂ ਸਿਰਫ ਐਂਟਰਟੇਨਮੈਂਟ ਵਾਸਤੇ ਨਹੀਂ ਬਣਾਉਂਦੇ ਇਹ ਸਿਰਫ ਤੁਹਾਨੂੰ ਇੱਕ ਇਨਫੋਰਮੇਸ਼ਨਲ ਵੀਡੀਓ ਦੇ ਰਹੇ ਹਾਂ ਕਿ ਸਾਡੇ ਕੋਲ ਕਾਰਾਂ ਹੈਗੀਆਂ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਾਰਾਂ ਨੇ ਕਾਰ ਲੈਣੀ ਹੈ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਦੇਖੋ ਜ਼ਰੂਰ ਆ ਕੇ ਇੱਕ ਵਾਰੀ ਫਿਰ ਤੁਸੀਂ ਕੰਪੈਰੀਜ਼ਨ ਕਰੋ ਕਿਸ ਨਾਲ ਕਿ ਮਹਿੰਗੀ ਸਸਤੀ ਕੀ ਹੁੰਦੀ ਹੈ ਚੰਗੀ ਮਾੜੀ ਕੀ ਹੁੰਦੀ ਹੈ ਗੱਡੀ ਕਦੀ ਵੀ ਕਾਰ ਤੁਸੀਂ ਲੈ ਕੇ ਰੋਡ ਤੇ ਨਿਕਲਣਾ ਸੜਕ ਤੇ ਜਾਣਾ ਹੈ ਫੈਮਿਲੀ ਨਾਲ ਹੁੰਦੀ ਹੈ ਸਸਤੀ ਦੇ ਚੱਕਰ 'ਚ ਨਾ ਪੋ ਅੱਛੀ ਗੱਡੀ ਲਓ ਅੱਛੀ ਗੱਡੀ ਵੀ ਸਸਤੀ ਮਿਲ ਸਕਦੀ ਹੈ ਸਿਰਫ ਸਸਤੀ ਹੀ ਦੇਖ ਕੇ ਨਹੀਂ ਗੱਡੀ ਲੈਣੀ ਚਾਹੀਦੀ ਸਾਡੇ ਕੋਲ ਤੁਹਾਨੂੰ ਸਾਰੀ ਗੱਡੀ ਦਾ ਸਰਵਿਸ ਕੋਡ ਮਿਲੂਗਾ ਦੋਨੋਂ ਦੀ ਓਰੀਜਨਲ ਚਾਬੀਆਂ ਮਿਲਣਗੀਆਂ ਸਾਰਾ ਤੁਹਾਨੂੰ ਗੱਡੀ ਦਾ ਹਿਸਟਰੀ ਮਿਲੇਗੀ ਬੈਗ ਮਿਲੇਗਾ ਬੁਕਲੈਟ ਮਿਲੇਗੀ ਸਭ ਕੁਝ ਮਿਲੇਗਾ ਕੰਪਲੀਟ ਸਾਡਾ ਖੁਦ ਦਾ ਇੰਟਰਸਟ ਹੈ ਵੀ ਚਾਹੇ ਮੈਂ ਗੱਡੀ ਤੁਹਾਨੂੰ ਵੇਚ ਦਵਾਂ ਚਾਹੇ ਮੈਂ ਆਪਣੇ ਘਰ 'ਚ ਕਿਸੇ ਨੂੰ ਦੇ ਦੇਵਾਂ ਤੇ ਮਤਲਬ ਚੀਜ਼ ਐਸੀ ਹੀ ਹੋਏਗੀ ਕਿ ਮੈਨੂੰ ਪੂਰੀ ਤਸੱਲੀ ਹੋਏਗੀ ਮੈਂ ਤਾਂ ਚੀਜ਼ ਵੇਚਦਾ ਉਸ ਤੋਂ ਪਹਿਲਾਂ ਮੈਂ ਗੱਡੀ ਨਹੀਂ ਇਹ ਸ਼ਬਦ ਬਈ ਥੋੜਾ ਦਿਮਾਗ ਬਿਠਾ ਲਓ ਚੰਗੀ ਕਾਰ ਲੈਣੀ ਹੈ ਹਨਾ ਕਾਰ ਨਹੀਂ ਲੈਣੀ ਚੰਗੀ ਕਾਰ ਦੇਖੋ ਪੈਸੇ ਖਰਚਣੇ ਥੋੜਾ ਘੁੰਮਣਾ ਜ਼ਰੂਰ ਚਾਹੀਦਾ ਇੱਕ ਵਾਰ ਦੇਖੋ ਹਨਾ ਲੋਕੇ ਦਾ ਟਮਾਟਰ ਲੈਣ ਵਾਸਤੇ 4 ਏਰੀਆ ਤੇ ਜਾਂਦੇ ਆ ਨਾ ਕਾਰ ਖਰੀਦਣੀ ਹੋਵੇ ਤਾਂ ਥੋੜੀ ਜਗ੍ਹਾ ਤੇ ਜਾਓ ਘੁੰਮੋ ਗੱਡੀਆਂ ਦੇਖੋ ਹਾਂਜੀ ਬਈ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਮਾਈ ਰਾਈਡ ਧੂਰੀ ਪੇਜ ਦੇ ਉੱਤੇ ਤੇ ਅੱਜ ਬਈ ਗੱਲਬਾਤ ਕਰੀ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈਗੀ ਐਸਯੂਵੀ ਕਾਰ ਦੀ ਵੀ ਲਗਜ਼ਰੀ ਕਾਰ ਹੋਵੇ ਠੀਕ ਹੈ ਐਸਯੂਵੀ ਕਾਰ ਹੋਵੇ ਉਹ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਅੱਜ ਆਪਾਂ ਖੜਾ ਫਰੈਂਡਸ ਕਾਰ ਲਾਈਨ ਮੋਹਾਲੀ ਸੈਕਟਰ 82 ਦੇ ਵਿੱਚ ਬਹੁਤ ਘੈਂਟ ਘੈਂਟ ਕਾਰਾਂ ਦਵਾਂਗੇ ਬਈ ਤੁਹਾਨੂੰ ਜਿਹੜੀਆਂ ਅੱਜ ਤੱਕ ਤੁਹਾਨੂੰ ਰੋਡਾਂ 'ਤੇ ਵੀ ਨਹੀਂ ਦੇਖੀਆਂ ਹੋਣੀਆਂ ਵੀ ਇਹੋ ਜਿਹੀ ਕਾਰਾਂ ਵੀ ਹੁੰਦੀਆਂ ਬਈ ਹਨਾ ਤੇ ਐਂਡ ਤੱਕ ਬਣੇ ਰਹੋ ਬਾਈ ਜੀ ਆਪਣੇ ਨਾਲ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਵੀਰ ਆਪਣੇ ਪੇਜ ਉੱਤੇ ਹਨਾ ਥੈਂਕ ਯੂ ਬੜੇ ਟਾਈਮ ਬਾਅਦ ਅੱਜ ਆਪਾਂ ਮਿਲਾਂਗੇ ਹਾਂ ਟਾਈਮ ਬਾਅਦ ਮਿਲਿਆ ਲੇਕਿਨ ਧਮਾਕਾ ਲੈ ਕੇ ਆਏ ਹੋ ਸਟਾਕ ਵੀ ਨਵਾਂ ਲੈ ਕੇ ਆਏ ਹਾਂ ਔਰ ਬਹੁਤ ਅੱਛੀਆਂ ਕਾਰਾਂ ਲੈ ਕੇ ਆਏ ਹਾਂ ਤੁਹਾਡੀ ਚੁਆਇਸ ਦੇ ਨਾਲ ਪੰਜਾਬ 'ਚ ਸਭ ਤੋਂ ਜਿਹੜੀ ਡਿਮਾਂਡ ਹੁੰਦੀ ਹੈ ਐਸਯੂਵੀ ਕਾਰ ਦੀਆਂ ਹਾਂਜੀ ਹਾਂਜੀ ਉਹ ਕਾਰਾਂ ਲੈ ਕੇ ਆਏ ਹਾਂ ਠੀਕ ਹੈ ਤੇ ਸੈਕਿੰਡ ਮੈਂ ਤੁਹਾਡੇ ਚੈਨਲ ਤੇ ਥੋੜਾ ਜਿਹਾ ਕਿਸੇ ਵਿਊਅਰਸ ਨੂੰ ਤੁਹਾਡੇ ਨੂੰ ਥੋੜਾ ਇੱਕ ਮੈਸੇਜ ਦੇਣਾ ਚਾਹੂੰਗਾ ਦੋ ਜੀ ਕਿ ਜਿਹੜਾ ਇਹ ਆਪਾਂ ਵੀਡੀਓ ਬਣਾਉਂਦੇ ਆ ਜਾਂ ਭਾਜੀ ਆਉਂਦੇ ਆ ਮਿਹਨਤ ਕਰਦੇ ਆ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਐਂਟਰਟੇਨਮੈਂਟ ਵਾਸਤੇ ਨਹੀਂ ਹੈਗੀ ਇਹਦੇ ਵਿੱਚ ਬਹੁਤ ਸਾਰੀਆਂ ਕਾਰਜ਼ ਦਿਖਾਈਆਂ ਜਾਂਦੀਆਂ ਅਸੀਂ ਇਹਨਾਂ ਕਾਰਾਂ ਨੂੰ ਸੇਲ ਕਰਨਾ ਚਾਹੁੰਦੇ ਹਾਂ ਜਿਨ੍ਹਾਂ 'ਚ ਤੁਹਾਨੂੰ ਡਿਟੇਲਸ ਦਿੰਦੇ ਹਾਂ ਵੀਡੀਓ ਪਾਉਂਦੇ ਹਾਂ ਫੋਟੋਗ੍ਰਾਫਸ ਵਗੈਰਾ ਪਾਉਂਦੇ ਹਾਂ ਸਾਰਾ ਕੁਝ ਦਿਖਾਉਂਦੇ ਹਾਂ ਸੋ ਅਗਰ ਇਸ ਕਾਰਾਂ ਨੂੰ ਤੁਸੀਂ ਲੈਣ 'ਚ ਇੰਟਰਸਟਿਡ ਹੋ ਕੋਈ ਕਾਰ ਤੁਹਾਨੂੰ ਸਿਲੈਕਟ ਹੁੰਦੀ ਹੈ ਕੋਈ ਪਸੰਦ ਆਉਂਦੀ ਹੈ ਤਾਂ ਤੁਸੀਂ ਇਹਨੂੰ ਕੰਟੀਨਿਊ ਕਰ ਸਕਦੇ ਹੋ ਹਾਂਜੀ ਅਦਰਵਾਈਜ਼ ਇਹ ਵੀਡੀਓਜ਼ ਨੂੰ ਤੁਸੀਂ ਆਪਣੇ ਫਰੈਂਡਸ ਨੂੰ ਆਪਣੇ ਰਿਲੇਟਿਵ ਨੂੰ ਜ਼ਰੂਰ ਫਾਰਵਰਡ ਕਰਾਇਆ ਕਰੋ ਅਤੇ ਬਾਈ ਜੀ ਦੀ ਵੀਡੀਓਜ਼ ਬਹੁਤ ਅੱਛੀਆਂ ਹੁੰਦੀਆਂ ਤੁਸੀਂ ਜਦੋਂ ਕਿਸੇ ਨੂੰ ਫਾਰਵਰਡ ਕਰੋਗੇ ਤਾਂ ਉਹਨਾਂ ਨੂੰ ਵੀ ਉਹਦੇ 'ਚ ਕੋਈ ਨਾ ਕੋਈ ਕਾਰ ਮਿਲ ਸਕਦੀ ਹੈ ਲੈਣ ਵਾਸਤੇ ਕਿਉਂਕਿ ਕਾਰ ਦਾ ਰਿਕੁਆਇਰਮੈਂਟ ਸਾਰਿਆਂ ਦੀ ਹੈ ਸਭ ਦੀ ਜ਼ਰੂਰਤ ਹੁੰਦੀ ਹੈ ਅੱਜ ਕੱਲ੍ਹ ਤਾਂ ਜੀ ਇੱਕ ਆਪਾਂ ਕਹਿ ਦਈਏ ਵੀ ਨੀਡ ਬਣ ਚੁੱਕੀ ਹੈ ਜੀ ਤੁਸੀਂ ਕਿਤੇ ਜਾਂਦੇ ਹੋ ਕਿਸੇ ਦੇ ਘਰੇ ਜਾਂਦੇ ਹੋ ਉੱਥੇ ਇੱਕ ਕਾਰ ਦੇਖਣ ਨੂੰ ਮਿਲਦੀ ਹੈ ਦੋ ਕਾਰਾਂ ਦੇਖਣ ਨੂੰ ਮਿਲਦੀਆਂ ਸਾਡੇ ਕੋਲ ਆਉਂਗੇ ਤੁਹਾਨੂੰ ਇੱਕੋ ਟਾਈਮ 'ਚ 40-50 ਕਾਰਾਂ ਦੇਖਣ ਨੂੰ ਮਿਲ ਜਾਣਗੀਆਂ ਸਹੀ ਗੱਲ ਹੈ ਉਹ ਚੁਆਇਸ ਹੋ ਜਾਏਗੀ ਚੁਆਇਸ ਦੇਖ ਕੇ ਪਸੰਦ ਕਰਕੇ ਸਾਰਾ ਕੁਝ ਪੂਰਾ ਕਰਕੇ ਫਿਰ ਕਾਰ ਲਓ ਸੋ ਦੂਜੇ ਵਾਰੀ ਫਿਰ ਕਹਿੰਦਾ ਇਹ ਐਂਟਰਟੇਨਮੈਂਟ ਵਾਸਤੇ ਨਹੀਂ ਹੈਗੀਆਂ ਤੁਹਾਡੀ ਜ਼ਰੂਰਤ ਪੂਰੀ ਹੋ ਜਾਏਗੀ ਇੱਥੋਂ ਦੀ ਤੁਸੀਂ ਆਪ ਵੀ ਦੇਖੋ ਆਪਣੇ ਰਿਲੇਟਿਵਸ ਨੂੰ ਆਪਣੇ ਫਰੈਂਡਸ ਨੂੰ ਇਹ ਜ਼ਰੂਰ ਫਾਰਵਰਡ ਕਰਿਆ ਕਰੋ ਵੀਡੀਓ ਥੋੜਾ ਸੀਰੀਅਸ ਹੋ ਕੇ ਐਂਡ ਤੱਕ ਦੇਖੋ ਬਹੁਤ ਸੋਹਣੀ ਸੋਹਣੀ ਕਾਰਾਂ ਲਵਾਂਗੇ ਬਈ ਤੁਹਾਨੂੰ ਠੀਕ ਹੈ ਪਹਿਲੀ ਡਿਸਕਵਰੀ ਤੋਂ ਸ਼ੁਰੂ ਕਰੀਏ ਫਿਰ ਆਪਾਂ ਹਾਂ ਐਸਯੂਵੀਜ਼ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਡਿਸਕਵਰੀ ਨਾਲ ਸਟਾਰਟ ਕਰ ਲੈਂਦੇ ਹਾਂ ਹਾਂਜੀ ਇਹ ਆਪਣਾ ਲੈਂਡ ਰੋਵਰ ਦੀ ਡਿਸਕਵਰੀ ਹੈਗੀ ਹੈ ਹਾਂਜੀ ਵੀਰੇ ਤੇ 2016 ਮਾਡਲ ਹੈ ਜੀ ਕਾਰ ਓਕੇ ਮਤਲਬ ਤੁਸੀਂ ਮੈਂ ਕਹਿੰਦਾ ਚੈਲੰਜ ਨਾਲ ਕਹਿੰਦਾ ਵੀ 2016 ਮਾਡਲ ਡਿਸਕਵਰੀ ਜਿਹੜੀ ਕਾਰ ਹੈਗੀ ਹੈ ਕਿਸੇ ਦੇ ਕੋਲ ਵੀ 24000 ਕਿਲੋਮੀਟਰ ਚੱਲੀ ਹੋਈ ਨਹੀਂ ਹੋਏਗੀ ਜੀ ਸਿਰਫ 24000 ਚੱਲੀ ਹੈ ਇਹ 24500 ਕਿਲੋਮੀਟਰ ਚੱਲੀ ਹੋਈ ਹੈ ਫਰਸਟ ਓਨਰ ਗੱਡੀ ਹੈ ਵੀਰ ਜੀ ਇੱਕ ਵਾਰੀ ਅੰਦਰੋਂ ਇੰਟੀਰੀਅਰ ਦਿਖਾ ਦਿਓ ਕਾਰ ਦਾ ਠੀਕ ਹੈ ਜੀ ਦੇਖੋ ਚੈੱਕ ਕਰੋ ਇਹ ਵਾਈਟ ਕਲਰ ਦੀ ਗੱਡੀ ਹੈ ਹਾਂਜੀ ਔਰ ਇਸ ਕਾਰ ਦਾ ਜਿਹੜਾ ਹੈਗਾ ਜੀ ਹਰਿਆਣਾ ਦਾ ਨੰਬਰ ਹੈ ਕਾਰ ਦਾ ਓਕੇ ਨੰਬਰ ਵੀ ਛੋਟਾ ਨੰਬਰ ਹੈ ਵੀਏਪੀ ਨੰਬਰ ਹੈ ਨੰਬਰ ਵੀ ਨਾਲ ਮਿਲ ਜਾਏਗਾ ਔਰ ਗੱਡੀ ਚੱਲੀ ਹੈ ਸਿਰਫ 24000 ਕਿਲੋਮੀਟਰ ਯਾਨੀ ਕਿ ਜਿਹਨੂੰ ਆਪਾਂ ਪੰਜਾਬੀ 'ਚ ਨਹੀਂ ਕਹਿੰਦੇ ਹਜੇ ਤੱਕ ਰਵਾਂ ਵੀ ਨਹੀਂ ਹੋਈ ਗੱਡੀ ਹੈਨਾ ਠੀਕ ਹੈ ਜੀ ਲਓ ਬਾਈ ਜੀ ਠੀਕ ਹੈ ਹਰਿਆਣੇ ਦੇ ਭਰਾ ਵੀ ਅਗਰ ਤੁਸੀਂ ਦੇਖ ਰਹੇ ਹੋ ਤੁਸੀਂ ਆਹ ਗੱਡੀ ਲੈ ਸਕਦੇ ਹੋਗੇ ਸਾਰੀ ਗੱਡੀ ਓਰੀਜਨਲ ਹੈ ਜੀ ਓਕੇ
ਤੇ ਸਰਵਿਸ ਰਿਕਾਰਡ ਨਾਲ ਚੱਲੀ ਹੋਈ 24,500 ਸਰਵਿਸ ਰਿਕਾਰਡ ਸਾਡੇ ਕੋਲ ਮਿਲ ਜੂਗਾ। ਪੈਨੋਰਾਮਿਕ ਰੂਫ ਹੈ ਕਾਰ ਦੇ ਅੰਦਰ, ਠੀਕ ਹੈ ਜੀ, ਆਲ ਵੀਲ ਡਰਾਈਵ ਹੈ ਕਾਰ, ਠੀਕ ਹੈ, ਵੈਲ ਮੇਨਟੇਨਡ ਕਾਰ ਹੈ, ਨਵੀਂ ਗੱਡੀ ਹੈ। ਜਿਹੜਾ ਇਹਦਾ ਪ੍ਰਾਈਜ਼ ਹੈਗਾ ਅਸੀਂ ਰੱਖਿਆ ਹੈ 26,26,00 ਰੁਪਈਆ, ਠੀਕ ਹੈ ਜੀ, ਠੀਕ ਹੈ, 26,26,00 ਪ੍ਰਾਈਜ਼ ਰੱਖਿਆ 2016 ਮਾਡਲ ਦਾ ਔਰ 24,500 ਕਿਲੋਮੀਟਰ ਚੱਲੀ ਹੈ। ਓਕੇ, ਔਨ ਟੇਬਲ ਥੋੜ੍ਹਾ ਬਹੁਤ ਆਪਾਂ ਤੁਹਾਡੇ ਨਾਲ ਪਿਆਰ ਮੁਹੱਬਤ ਥੋੜ੍ਹਾ ਆਪਾਂ ਨੈਗੋਸ਼ੀਏਟ ਵੀ ਕਰ ਲਾਂਗੇ। ਓਕੇ, ਠੀਕ ਹੈ ਜੀ, ਠੀਕ ਹੈ, ਤੇ ਨੈਕਸਟ ਗੱਡੀ? ਹਾਂ, ਇੱਕ ਦੂਜੀ ਗੱਡੀ ਹੋਰ ਆ ਜੋ ਇਹ ਹੈਗੀ ਹੈ ਮਰਸੀਡੀਜ਼ ਦੀ ML 250। ਓਕੇ, ਇਹ 2013 ਮਾਡਲ ਦੀ ਕਾਰ ਹੈ ਜੀ ਇਹ। ਓਕੇ ਵੀਰੇ, ਤੇ ਇਹ ਚੰਡੀਗੜ੍ਹ ਦੇ ਨੰਬਰ ਦੇ ਨਾਲ ਕਾਰ ਹੈ, ਮਤਲਬ ਬਹੁਤ ਅੱਛੀ ਮੇਨਟੇਨਡ ਕਾਰ ਹੈ, ਡੀਜ਼ਲ ਹੈ, ਆਟੋਮੈਟਿਕ ਹੈ, ਸਨਰੂਫ ਦੇ ਨਾਲ ਹੈ ਗੱਡੀ, ਠੀਕ ਹੈ। ਅੰਦਰੋਂ ਇੰਟੀਰੀਅਰ ਜਿਹੜਾ ਹੈਗਾ ਇਸ ਕਾਰ ਦਾ ਬਲੈਕ ਕਲਰ ਦੇ ਵਿੱਚ ਹੈ, ਪੂਰਾ ਬਲੈਕ ਇੰਟੀਰੀਅਰ ਹੈ ਕਾਰ ਦਾ, ਆਟੋਮੈਟਿਕ ਟਰਾਂਸਮਿਸ਼ਨ ਹੈ, ਡੀਜ਼ਲ ਇੰਜਨ ਦੇ ਵਿੱਚ ਹੈ, ਇੰਟੀਰੀਅਰ ਐਕਸਟੀਰੀਅਰ ਦੀ ਗੱਡੀ ਬਿਲਕੁਲ ਨਵੀਂ ਹੈ ਜੀ। ਇਹ 5 ਜਾਂਦੀ ਹੈ ਕਿ 7 ਜਾਂਦੀ ਹੈ? ਇਹ 5 ਸੀਟਰ ਹੁੰਦੀ ਹੈ ਵੀਰ ਜੀ, ਠੀਕ ਹੈ ਜੀ। ਅੱਛਾ, ਇਹ 5 ਸੀਟਰ ਹੁੰਦੀ ਹੈ, ਜਿਹੜੀ ਤੁਸੀਂ ਪਹਿਲਾਂ ਲੈਂਡ ਰੋਵਰ ਦੇਖੀ ਹੈ, ਇਹ ਜਿਹੜੀ 7 ਸੀਟਰ ਹੈ, ਠੀਕ ਹੈ ਵੀਰੇ, ਠੀਕ ਹੈ। ਓਕੇ, ਉਹਨਾਂ ਦੇ ਪ੍ਰਾਈਸ ਦੀ ਗੱਲਬਾਤ ਕਰੀਏ, ਪ੍ਰਾਈਜ਼ ਤੁਸੀਂ ML 250 2013 ਵਾਲੋ ਕਿਤੇ ਵੀ ਲੈਣ ਜਾਓਗੇ ਤੁਹਾਨੂੰ ਕਰੀਬ ਜਿਹੜੀ ਹੈਗੀ ਹੈ 17-17.5 ਲੱਖ ਰੁਪਏ ਦੀ ਕਾਰ ਮਿਲਦੀ ਹੈ। ਓਕੇ, ਅੱਜ ਤੁਹਾਡੇ ਵਾਸਤੇ ਸਪੈਸ਼ਲੀ ਜਿਹੜੀ ਕਾਰ ਹੈਗੀ ਆਪਾਂ 16 ਲੱਖ ਰੁਪਏ ਦੀ ਕਾਰ ਦੇ ਦੇਣੀ ਹੈ। 16 ਲੱਖ ਰੁਪਏ, ਪੰਜਾਬ ਦਾ ਕੋਈ ਪਰਸਨ ਲੈਣੀ ਹੈ, ਕੋਈ NRI ਨੇ ਲੈਣੀ ਹੈ, ਉਹਨਾਂ ਵਾਸਤੇ ਬੈਸਟ ਕਾਰ ਹੈ ਮਰਸੀਡੀਜ਼ ਬੈਂਜ਼ ਦਾ ML 250। ਓਕੇ, ਏਅਰਮੈਟਿਕ ਵਾਲੀ ਕਾਰ 'ਚ ਕਿਤੇ ਟਰਬਲ ਹੋ ਸਕਦੀ ਹੈ, ਬਟ ਇਹ ਏਅਰਮੈਟਿਕ ਨਹੀਂ ਹੁੰਦੀ ਜੀ, ਕੋਈ ਟਰਬਲ ਨਹੀਂ ਆਉਂਦੀ ਕਾਰ ਦੀ, ਅੱਛੀ ਗੱਡੀ। ਓਕੇ, ਮਿਨੀਮਮ ਟੂ ਮਿਨੀਮਮ ਵੀ ਲੋਨ ਕਿੰਨੇ ਕੁ ਪਰਸੈਂਟ ਤੋਂ ਸਟਾਰਟ ਹੋਇਆ ਆਪਣਾ? ਦੇਖੋ ਜੀ, ਅਗਰ ਇਸ 'ਤੇ ਲੋਨ ਕਰਾਉਣਾ ਤਾਂ ਕਰੀਬ ਤੁਹਾਡਾ 10 ਲੱਖ ਰੁਪਇਆ ਜਾਂ 12 ਲੱਖ ਰੁਪਇਆ ਲੋਨ ਹੋ ਜਾਏਗਾ, ਠੀਕ ਹੈ। ਇਸ 'ਤੇ ਲੋਨ ਕਰਾਉਣਾ ਤਾਂ ਤੁਹਾਡਾ 20-25 ਲੱਖ ਰੁਪਇਆ ਲੋਨ ਹੋ ਜਾਏਗਾ, ਠੀਕ ਹੈ ਜੀ। ਤੇ ਇੱਕ ਆਹ ਵੀ ਗੱਡੀ ਹੈਗੀ ਆਪਣੇ ਲਵੇ ਹੁਣ, ਹੈ ਨਾ, ਇਹ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਨਾਂ ਮਾਤਰ ਹੀ ਹੈ, ਸ਼ਾਇਦ ਹੀ ਹੋਏਗੀ ਜੀ, ਮੁਸ਼ਕਿਲ ਹੈ, ਬਹੁਤ ਘੱਟ ਹੈ ਜੀ ਗੱਡੀ, ਬਹੁਤ ਘੱਟ ਹੈ ਜੀ, ਬਹੁਤ ਜ਼ਿਆਦਾ ਘੱਟ ਹੈ ਬਈ, ਹੈ ਨਾ ਜੀ। ਇਹ ਹੈਗੀ ਬਈ, ਛੱਤ ਖੁੱਲ ਜਾਂਦੀ ਇਹਦੀ, ਇਹ ਹੈਗੀ ਜੀ ਆਡੀ ਦਾ A3 ਕੈਬਲੇ ਮਾਡਲ ਹੈ, ਠੀਕ ਹੈ, ਇਹ ਪੈਟਰੋਲ ਦੇ ਵਿੱਚ ਹੀ ਆਉਂਦੀ ਹੈ। ਓਕੇ, 2018 ਮਾਡਲ ਗੱਡੀ ਜਿਹੜੀ ਆਪਣੇ ਕੋਲ ਹੈ, ਠੀਕ ਹੈ ਵੀਰੇ, ਇਹਦੇ 'ਚ 2 ਡੋਰਸ ਆਉਂਦੇ ਆ ਔਰ 4 ਸੀਟਰ ਆਉਂਦੀ ਹੈ ਕਾਰ, ਇਹ 4 ਸੀਟਰ ਹੈ ਜੀ ਜੀ ਜੀ। ਇਹਦਾ ਬੂਟ ਵੀ ਕਾਫੀ ਅੱਛਾ, ਪਿੱਛੇ ਡਿੱਕੀ ਵੀ ਹੈਗੀ ਹੈ ਗੱਡੀ ਦੀ, ਕਾਫੀ ਸਪੇਸ ਆ ਉਹਦੇ 'ਚ ਵੀ, ਠੀਕ ਹੈ ਵੀਰੇ। ਤੇ ਇਹ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ, ਜ਼ਿਆਦਾਤਰ ਜਿਹੜੀਆਂ ਸਪੋਰਟਸ ਕਾਰ ਟਾਈਪ ਕਾਰਾਂ ਆਉਂਦੀਆਂ ਨਾ ਜੀ, ਇਹ ਕੈਬਰਲੇ ਵਗੈਰਾ ਆਉਂਦੀਆਂ, ਠੀਕ ਹੈ, ਇਹ ਮੋਸਟਲੀ ਜਿਹੜੀਆਂ ਸੈਕਿੰਡ ਓਨਰ, ਥਰਡ ਓਨਰ, ਫੋਰਥ ਓਨਰ ਗੱਡੀਆਂ ਹੁੰਦੀਆਂ, ਠੀਕ ਹੈ ਜੀ, ਪਰ ਇਹ ਗੱਡੀ ਸਾਡੀ ਫਸਟ ਓਨਰ ਚੱਲੀ ਹੋਈ ਹੈ ਜੀ, ਖਾਸ ਗੱਡੀ ਜੀ, ਸਿੰਗਲ ਹੈਂਡ ਚੱਲੀ ਹੋਈ, ਸਿਰਫ 29,000 ਕਿਲੋਮੀਟਰ ਚੱਲੀ ਵੀ ਕੁਛ ਨਹੀਂ, ਓਨਰ ਵੀ ਫਸਟ, ਠੀਕ ਹੈ ਬਾਈ, ਤੇ ਕੰਡੀਸ਼ਨ ਵੀ ਪੂਰੀ ਮਿੰਟ ਹੈਗੀ, ਤੁਸੀਂ ਦੇਖ ਲਓ ਸਟਾਰਟ ਗੱਡੀ ਹੈਗੀ ਨਵੀਂ, ਵੀ ਸਾਊਂਡ ਜਿਵੇਂ EV ਦਾ ਨਹੀਂ ਹੁੰਦਾ। ਮੈਂ ਕਹਿੰਦਾ ਤੁਸੀਂ ਆਪਣਾ ਮਾਈਕ ਬਿਲਕੁਲ ਕੋਲ ਕਰ, ਤੁਹਾਨੂੰ ਫਿਰ ਵੀ ਆਵਾਜ਼ ਨਹੀਂ ਆਊਗੀ ਗੱਡੀ, ਮਾਈਕ ਬਿਲਕੁਲ ਨਾਲ ਲਾ ਦਿਓ ਗੱਡੀ ਦੇ, ਇੰਜਨ ਦੇ ਨਾਲ ਲਾ ਦਿਓ, ਹੋਰ ਨੇੜੇ ਕਰ ਦਿਓ, ਅੱਗੋਂ ਦੀ ਗ੍ਰਿਲ ਦੇ ਕੋਲੋਂ ਕਰ ਦਿਓ, ਬਿਲਕੁਲ ਸਾਊਂਡਲੈਸ ਕਾਰ ਹੈ, ਇਹ ਸਟਾਰਟ ਦੇ ਵਿੱਚ ਹੀ ਕਨਵਰਟ ਹੁੰਦੀ ਹੈ। ਅੱਛਾ, ਤੁਸੀਂ ਜਿਹੜੀ ਹੈਗੀ ਆ 20-30 ਦੀ ਸਪੀਡ 'ਚ ਚੱਲਦੀ ਗੱਡੀ 'ਚ ਤੁਸੀਂ ਕਨਵਰਟ ਕਰ ਸਕਦੇ ਹੋ, ਗੱਡੀ ਖੋਲ ਸਕਦੇ ਹੋ, ਜ਼ਿਆਦਾ ਸਪੀਡ 'ਤੇ ਉਹ ਸੈਂਸਰੀ ਸਿਸਟਮ ਹੁੰਦਾ, ਫਿਰ ਉਹਨੂੰ ਓਪਨ ਕਰਨਾ ਬੰਦ ਕਰ ਦਿੰਦਾ, ਠੀਕ ਹੈ। ਇਹ ਕਾਰ ਜਿਹੜੀ ਹੈਗੀ ਆ ਆਪਾਂ ਦੇਵਾਂਗੇ ਤੁਹਾਨੂੰ 46 ਲੱਖ ਰੁਪਏ ਦੀ, 46 ਲੱਖ ਰੁਪਏ, 46 ਦੀ ਕਾਰ ਮਿਲੇਗੀ। ਇਹਦਾ ਮੱਧ ਪ੍ਰਦੇਸ਼ ਦਾ ਨੰਬਰ ਹੈ, MP ਦਾ ਨੰਬਰ ਹੈ ਗੱਡੀ ਦਾ, ਸਿੰਗਲ ਹੈਂਡ ਚੱਲੀ ਹੋਈ, ਨਹੀਂ ਮਿਲਦੀ ਹੈ, ਬਹੁਤ ਹਾਈ ਪ੍ਰੋਫਾਈਲ ਪਾਰਟੀ ਜਿਸ ਤੋਂ ਗੱਡੀ ਲੈ ਕੇ ਆਏ, ਬੜੀ ਮਿੰਤਾ ਤਰਲੇ ਕਰਕੇ ਲੈ ਕੇ ਆਏ ਜੀ, ਗੱਡੀ ਮਿਲਦੀ ਨਹੀਂ ਹੈਗੀ, ਤੁਹਾਡੇ ਵਾਸਤੇ ਵੀ ਦੇਖੋ ਜੀ, ਹੈ ਨਾ, ਮਿੰਤਾ ਤਰਲੇ ਕਰਾਉਣੇ ਹੋ ਤੁਸੀਂ, ਹੈ ਨਾ, ਤੇ ਤੁਹਾਡੇ ਵਾਸਤੇ ਆਪਾਂ ਇੰਨੀ ਇੰਨੀ ਘੈਂਟ ਕਾਰਾਂ ਲੈ ਕੇ ਆਉਣੇਗੇ, ਤੇ ਮਾਡਲ 2018 ਓਨਰ ਸੀਰੀਅਲ ਫਸਟ, ਇਹ ਗੱਡੀ ਨਵੀਂ ਨਹੀਂ ਮਿਲਦੀ ਜੀ, ਸ਼ੋਰੂਮ 'ਚ ਨਵੀਂ ਨਹੀਂ ਮਿਲੇਗੀ, ਡਿਸਕੰਟੀਨਿਊ ਹੋ ਗਈ ਹੈ ਕਾਰ, ਇਹ 1 ਸਾਲ ਦੀ ਪਹਿਲਾਂ ਵੇਟਿੰਗ ਹੁੰਦੀ ਸੀ, ਅੱਜ ਇਸ ਕਾਰ ਦੀ ਬਹੁਤ ਡਿਮਾਂਡ ਹੈ, ਕਿਉਂਕਿ ਨਵੀਂ ਨਹੀਂ ਮਿਲਦੀ ਤਾਂ ਲੋਕ ਲੱਭਦੇ ਫਿਰਦੇ ਇਸ ਗੱਡੀ ਨੂੰ, ਠੀਕ ਹੈ, ਆਪਣੇ ਕੋਲ ਅਵੇਲੇਬਲ ਖੜੀ ਹੈ, ਮੋਹਾਲੀ ਫਰੈਂਡਸ ਕਾਰ ਲੈਂਦੇ ਸ਼ੋਰੂਮ 'ਤੇ ਆ ਕੇ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ, 46 ਲੱਖ ਰੁਪਏ ਦੀ ਕਾਰ ਲੈ ਵੀ, ਮਿੱਤਰੋ ਦੇਖ ਰਹੇ ਮਾੜਾ, ਗੁਰਪ੍ਰੀਤ ਕੈਮਰਾ ਘੁਮਾ ਦੇ, ਇਹ ਤੁਹਾਡੇ ਵਾਸਤੇ ਹੈ, ਕਰ ਲਓ ਕਾਲ, ਹੈ ਨਾ, ਅਤੇ ਚੱਕ ਲਓ ਕਾਰ, ਅਤੇ ਚੱਲੀ ਵੀਰੇ ਅੰਦਰ ਨੂੰ, ਆਪਾਂ ਹੁਣ SUV ਕਾਰਾਂ ਕਰਦੇ ਹਾਂ ਪਹਿਲਾਂ, ਨਾ ਆ ਜਾਓ, ਲਓ ਬਾਈ ਜੀ ਆ ਜਾਓ ਹੁਣ, ਅਤੇ ਇਹੋ ਜਿਹੇ ਕਾਰਾਂ ਬਈ, ਹੈ ਨਾ, ਮੇ ਵੀ ਤੁਸੀਂ ਸ਼ਾਇਦ ਹੀ ਕਿਤੇ ਦੇਖਿਆ ਹੋਣਗੀਆਂ, ਅਤੇ ਅੱਜ ਆਪਾਂ ਇਹ ਪੰਜਾਬ ਦਾ ਪਹਿਲਾ ਪੇਜ ਆ ਜਿਹਦੇ ਉੱਪਰ ਆਪਾਂ ਦਿਖਾ ਰਹੇ ਹਾਂ ਬਈ ਤੁਹਾਨੂੰ, ਨਾ ਬਾਹਰਲੇ ਪੇਜ ਤਾਂ ਨਾ ਵੀ ਹੋ ਜਾਂਦੇ ਨੇ, ਅਤੇ ਪੰਜਾਬ ਦਾ ਪਹਿਲਾ ਪੇਜ ਆ ਬਈ, ਇਹ ਜਿਹੀਆਂ ਸੋਹਣੀਆਂ ਕਾਰਾਂ ਅਤੇ ਘੈਂਟ ਇੰਜਨ ਗੇਅਰ ਦੀਆਂ ਕਾਰਾਂ ਦੇਵਾਂਗੇ ਤੁਹਾਨੂੰ, ਅਤੇ ਉਸ ਤੋਂ ਬਾਅਦ ਆ ਗਈ ਇਸ਼ੂ ਦੀ ਹੈਗੀ ਬਈ, ਇਹ ਭਾਅ ਜੀ ਐਕਚੁਅਲੀ ਆਪਣੇ ਕੋਲ ਸਪੇਸ ਥੋੜ੍ਹੀ ਜਿਹੀ ਘੱਟ ਹੈ, ਕੈਮਰਾ ਥੋੜ੍ਹਾ ਘੱਟ ਘੁੰਮੇਗਾ, ਬਟ ਆਪਾਂ ਡਿਟੇਲਸ ਪੂਰੀ ਦੇ ਦਾਂਗੇ ਕਾਰ ਦੀ। ਇਹ ਕਾਰ ਬੜੀ ਰੇਅਰ ਹੈ, ਬਹੁਤ ਘੱਟ ਮਿਲਦੀ ਹੈ, ਇਹ ਇਸ਼ੂ ਦੀ MUX ਹੈ ਜੀ, ਇਹ ਠੀਕ ਹੈ ਜੀ, ਇਹ 4x4 ਮਾਡਲ ਹੈ, ਓਕੇ, ਔਰ 2018 ਮਾਡਲ ਗੱਡੀ ਹੈ, 18, ਇਹ MUX ਜਿਹੜੀ ਕਾਰ ਹੈ ਜੀ, ਇਹ ਨਵੀਂ ਜਦੋਂ ਆਉਂਦੀ ਸੀ ਨਾ 2018 ਦੇ ਵਿੱਚ, ਇਹ 32 ਲੱਖ ਰੁਪਏ ਦੀ ਆਉਂਦੀ ਸੀ, 32 ਦੀ, ਅੱਜ ਇਹ ਗੱਡੀ 40 ਲੱਖ ਤੋਂ ਉੱਤੇ ਹੈ, ਓਕੇ, ਹੁਣ ਇਹ ਦੇਖ ਲਓ ਜੇ 2018 ਮਾਡਲ ਫੋਰਚੂਨਰ ਲੈਣੀ ਹੋਵੇ ਤੇ ਕਰੀਬ ਕਰੀਬ ਉਹਦੀ ਜਿਹੜੀ ਕੀਮਤ ਹੈਗੀ ਆ ਉਹ 28 ਲੱਖ ਤੋਂ ਉੱਤੇ ਹੈ, 28 ਲੱਖ ਘੱਟ ਨਹੀਂ ਹੈਗੀ ਜੀ, ਉੱਪਰ ਮਿਲਦੀ ਹੈ। ਹੁਣ ਆਪਾਂ ਇਹਦੀ ਕੀਮਤ ਆਪਾਂ ਬਾਅਦ 'ਚ ਦੱਸਾਂਗੇ, ਪਹਿਲਾਂ ਆਪਾਂ ਗੱਡੀ ਡਿਟੇਲ ਦੇਵਾਂਗੇ, ਹਾਂਜੀ, ਇਹ 2018 ਮਾਡਲ ਹੈ, ਓਕੇ, ਸਿੰਗਲ ਹੈਂਡ ਚੱਲੀ ਹੋਈ ਹੈ,
मैं कहता जी बेस्ट कार है, तुम इनू चला लोगे या फॉर्चुनर चला लोगे, तुम मतलब इनू मिस नहीं कर सकते, ये गड्डी उस तो ज़्यादा बैटर है। ठीक है, ठीक है। हूँ फॉर्चुनर 18 मॉडल जी गड्डी है अप्रोक्सीमेटली है वो करीब करीब थोड़ा 2.5 लाख तो उत्ते गड्डी मिलती है, 2.5-2.9 लाख की मिलती है। यह गड्डी थोड़ा दे देंगे सिर्फ और सिर्फ 17.5 लाख रुपये की, 17.5 लाख रुपए की कार दे देंगे। होर दोस्तों मोहाली नंबर की कार VIP नंबर के नाल SUMUX 2018/18 और डीजल के विच कार है 7 सीटर है और थोड़ा गड्डी सिर्फ और सिर्फ 17 लाख रुपए स्पेशली मिल जाएगी। बई का नाम लैके माई राइड धूरी का नाम लैके आ जाओ, थोड़ा 17 लाख रुपए की कार लो जी भाई, नाम बोलना तो चाड़ लो। ठीक है भाई, तो ये लोन कितना हो जाना? लोन भाजी इस अप्रोक्सीमेटली मेरे ख्याल 12 लाख रुपए का लोन ही हो जाएगा। 12 लाख का लोन गुरप्रीत आया इधरले पास हूँ, तो आप दिखाइए थोड़ू पराडो। जी जी लो जी, पहला देखो मैं कोले खड़ा है ना, तो तुम देखो जी भाजी पहले ना ये फ्रंट ग्रिल से ना बिल्कुल अगर कोलों तुम कैमरा घुमाओगे ना तो इस कार की एक स्पैशल जी लुक्स है जो यदा बीस्ट लुक है वो बिल्कुल अच्छे तरीके नज़र आएगी। मॉडल कि 2022-23 मॉडल है ना? चलो तो मॉडल का आप फिर राज बाद ही खोलेंगे। ये जी कार हैगी है ट्योटा का लैंड क्रूजर प्राडो मॉडल है, VXL मॉडल है जी। ये यह 3 लीटर इंजन आती है। ठीक है, और सिंगल हैंड चली हुई गड्डी है। ओके, मैं थोड़ा मॉडल दस दिना, यह मॉडल है 2012 देखो 2012 मॉडल कार है और यह सारी गड्डी ओरिजिनल है जी। ठीक है, टोटली कार ओरिजिनल है। इस कार दे विच इहदा जिहड़ा लुक हैगी है डिफरेंट हुंदी है। ठीक है जी, टोयोटा कंपनी तो ही 2022-23 मॉडल शेप आती है, बैक लाइट्स, रियर बंपर, फ्रंट बंपर, ग्रिल ते स्कर्टिंग, यह सारी ही 2023 मॉडल की 22 मॉडल की आप कन्वर्ट कराई हुई है। यदि कन्वर्जन दे विच करीब करीब 8-9 लाख रुपए का खर्चा आया। ओके, टोयोटा तो हुई हैं सारिया कन्वर्जन जी हुई हैं, तो सिंगल हैंड चली हुई मार्च 2024 तक फुल इंश्योरेंस है कार की। ठीक है, बहुत मेनटेन कार है, तुम इस कार के रुपये का कम नहीं कर सकते, कोई खर्चा नहीं कर सकते। ठीक है, ठीक है। इस कार का अगर सिंपल मॉडल भी लेंगे जिस कन्वर्जन भी नहीं हुई होंगी वह भी गड्डी 35 लाख की मिलती है। ओके, तो आप कन्वर्जन हुई हुई गड्डी मेनटेन कार 1 रुपये का खर्चा ना होने वाली गड्डी भी थोड़ा असं 34 लाख रुपए दे देंगे। 34 लाख रुपए की कार, जिहड़े भरा कहिंदे वी NRI वी कहिंदे बाहरों आए हैं तो गड्डी ऐसी होवे जिहड़ी छेती दिखण च ना मिले, महंगी बहुत। अज नवी लैण जाओ ना तो करीब करीब 1.5 करोड़ के आसपास की गड्डी है। उदों भी जिहड़ी है यह कार 2012 च भी है 90 लाख रुपए की कार होंदी सी, हुण 1.5 करोड़ के आसपास की गड्डी है। अजी लुक 100% 1.5 करोड़ वाली गड्डी की है जी। हाँ जी, तो एक गल होर भी है ना वीरे, कई बार जिवें कोई बई चाहुंदा कि असीं फॉर्चूनर लईए पर फॉर्चूनर तो किते आपां लई जी, इहदे विच सारा कुछ है जी। फॉर्चूनर दे विच तां इह फीचर हो ही नहीं सकदे। ये बहुत फीचर ने, सनरूफ वाला मॉडल है, डीजल है, ऑटोमैटिक है, फीचर तो रज के है जी इस कार। एयरबैटिक सस्पेंशन है इस कार की, तुम करीब करीब इन ला लो जी, तुम 6-7 इंच तक गड्डी उपर चक सकते हो, 6-7 इंच आराम से चक सकते हो भाई, अद्धा फुट मंगो। ठीक है, उपर चक सकते हैं। एक गल होर, 7 सीटर है फॉर्चूनर, मार्केट के जो जाओगे ना थोड़ा 100 मिल जू 200 मिल जू थोड़ा देखने में मिलना भाजी, यह एक भी नहीं मिलनी। यदा रोड का अपीयरेंस ही डिफरेंट है, तुम रोड से गड्डी चलाते हो तो ये फील ही अलग होगा, बिल्कुल ही अलग फील। ठीक है, लो जी भाई चक लो कॉल है ना, ते जे आई वाली कार बुक कर लो भाई, क्योंकि टोयोटा ब्रांड है, मेंटेनेंस तो है ही नहीं, वो तो लोड ही नहीं, फ्री हो गए ये तो हम भी आप कहीं लोन कितना हो जाना भाजी? यदा लोन आप मौके दी मौके बैठ के गल कर लेंगे, मेरे ख्याल से ना ना करके उत्ते कोई 20 लाख रुपए का लोन तो आराम ना घट्टो घट्ट 20 लाख घट तो घट 50-50 मान लो 50-50 हो जाएगा। हाँ जी, हाँ जी। तो उस तो बाद BMW X BMW का X5 मॉडल है भाजी। X5 ठीक है जी, ये भी अपने को स्पैशल गड्डी है जी। ओके, स्पैशल तो X5 तो आम गड्डियां दिखदियां लोगों को, कोई बड़ी गल नहीं है, बट स्पैशल यह है कि भी यह गड्डी 7 सीटर वाला मॉडल है। 7 सीटर ज्यादातर लोगों को 5 सीटर होंगी है, साढ़े को 7 सीटर वाला मॉडल है, ये डिफरेंस बहुत है। ठीक है, जी 5 सीटर मॉडल है वह करीब करीब जी है 90 लाख रुपए की कार है। ठीक है, जी यह 7 सीटर कार है, ये करीब करीब सू जी विद डॉक्यूमेंट्स कंप्लीट जी है 1.28 करोड़ रुपए की कॉस्ट करती है। हाँ जी, ठीक है। 2015 मॉडल है जी ये। हाँ जी, ये गड्डी सिंगल हैंड चली हुई कार है, फर्स्ट ओनर गड्डी है, जिन्हें तुम हूँ तक गड्डिया दिखाई सारिया फर्स्ट ओनर गड्डिया, सारिया फर्स्ट ओनर रिकॉर्ड कंपनी का नाल, कंपनी सर्विस रिकॉर्ड नाल मिलेगा। तुम मैं आओ, मेरे को गड्डी देखो, बैठ के पूरा सर्विस रिकॉर्ड देखो गड्डी का, मैं मना नहीं करूँगा, सब कुछ दिखाऊंगा ऑन टेबल। ठीक है, और दूजी गल मैं फिर दोबारा दसा, यह जी वीडियो आप बना रहे ना कोई एंटरटेनमेंट वास्ते नहीं बना रहे, जो आप कोई वर्ड्स कह रहे उन्होंने कोई मतलब है। ठीक है, चीज़ा जी लत्तियां गई खड़ाइया हुई हैं, ये मेनटेनड कार्स ने सारिया, पर तुम डीजल पाना तो गड्डी चलानी है, कोई खर्चा नहीं थोड़ा गड्डी का, बाकी थोड़ी तुम किमें चलाते हो किमें वरतते हो थोड़ी अपनी केयर है, अपना संभाल है। 2015 मॉडल गड्डी है, सिंगल हैंड चली है, SUV होने के बावजूद भी गड्डी सिर्फ 60,000 किलोमीटर चली है जी। 60,000 ओनली 60,000 किलोमीटर चली हुई, सर्विस रिकॉर्ड के नाल सिंगल हैंड गड्डी चली हुई, ये भी एयरमैटिक सस्पेंशन आती है कार दे। ओके, ठीक है जी। X5 है, तुम दस्या 1.28 करोड़ रुपए की गड्डी नवी कॉस्ट करती है। ठीक है, जी कार का प्राइस है साढ़े वालों
ਉਹ ਅਸੀਂ 35 ਲੱਖ ਰੁਪਇਆ ਰੱਖਿਆ ਹੋਇਆ 35 ਦਾ ਔਨ ਟੇਬਲ ਭਰਾਵਾਂ ਬੈਠ ਕੇ ਆਪਾਂ ਜੋ ਹੋ ਸਕੇਗਾ ਥੋੜ੍ਹਾ ਬਹੁਤ ਨੈਗੋਸ਼ੀਏਟ ਵੀ ਜ਼ਰੂਰ ਕਰਾਂਗੇ ਸੋ ਆਪਾਂ ਚਾਹਾਂਗੇ ਕਿ ਬੰਦਾ ਕੋਈ ਆਵੇ ਤਾਂ ਮਾਣ ਸਨਮਾਨ ਜ਼ਰੂਰ ਕਰਦਾ 60-70% ਲੋਨ ਹੋ ਜੂ ਵੱਧ ਹੋ ਜੂ ਇਹਦੇ 'ਤੇ ਤੁਹਾਡਾ ਜੀ ਆਰਾਮ ਨਾਲ ਹੱਸ ਕੇ 25 ਲੱਖ ਤੋਂ ਉੱਤੇ ਲੋਨ ਹੋ ਜਾਏਗਾ 25 ਲੱਖ ਤੋਂ ਹੋ ਜਾਏਗਾ ਠੀਕ ਹੈ ਇਹ BMW ਦਾ X3 ਮਾਡਲ X3 ਆਪਣੇ ਕੋਲ X ਦੇ ਵਿੱਚ ਭਾਜੀ 3 ਵੇਰੀਐਂਟ ਹੈਗੇ ਆ ਆਹ X1 ਖੜੀ ਹੈ ਠੀਕ ਹੈ ਜੀ ਜੇ BMW ਦੀ X1 ਲੈਣੀ ਕਿਉਂਕਿ BMW ਨੂੰ ਬਹੁਤ ਲੋਕ ਡਿਮਾਂਡ ਕਰਦੇ ਪੂਰੇ ਵਰਲਡ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ BMW ਹੈ ਓਕੇ ਇਹ X1 ਖੜੀ ਹੈ ਇਹ X3 ਖੜੀ ਹੈ ਇਹ X5 ਖੜੀ ਹੈ 3 ਵੇਰੀਐਂਟ ਖੜੇ ਆ ਆਪਣੇ ਕੋਲ ਠੀਕ ਹੈ ਜੀ ਚਲੋ ਹੁਣ ਆਪਾਂ X3 ਕਰ ਲੈਂਦੇ ਹਾਂ ਹਾਂਜੀ ਇਹ X3 ਦੀ 2013 ਮਾਡਲ ਗੱਡੀ ਹੈ ਜੀ ਓਕੇ ਠੀਕ ਹੈ ਜੀ ਇੱਕੋ ਹੀ ਗੱਡੀ ਹੈ ਜਿਹੜੀ ਆਪਣੇ ਕੋਲ ਸੈਕਿੰਡ ਓਨਰ ਹੈ ਇਹ ਜੀ ਠੀਕ ਹੈ ਇਹ ਵੀ ਕਿਸੇ ਕਾਰਨ ਨਾਲ ਸੈਕਿੰਡ ਓਨਰ ਕਰਨੀ ਪਈ ਜਿੱਦਾਂ ਕਿ ਫਸਟ ਓਨਰ ਤੋਂ ਸੈਕਿੰਡ ਓਨਰ ਤਰਾਣੀ ਪਈ ਕੋਈ ਟੈਕਸਿਸ ਦਾ ਇਸ਼ੂ ਆਇਆ ਸੀ ਤੇ ਟੈਕਸ ਕਲੀਅਰ ਕਰਨ ਵਾਸਤੇ ਇਹਨੂੰ ਨਾਮ ਕਰਾਉਣਾ ਪੈ ਗਿਆ ਗੱਡੀ ਠੀਕ ਹੈ ਸੇਲ ਦਿਖਾਉਣੀ ਪੈ ਗਈ ਇਹ 2013 ਮਾਡਲ ਗੱਡੀ ਹੈ ਜੀ ਓਕੇ ਤੇ ਚੱਲੀ ਸਿੰਗਲ ਹੈਂਡ ਹੀ ਹੈ ਇਹ ਓਨਰ ਸੀਰੀਜ਼ ਸੈਕਿੰਡ ਹੈ ਓਕੇ 71,000 ਕਿਲੋਮੀਟਰ ਚੱਲੀ ਹੈ ਸਿਰਫ 71,000 ਕਿਲੋਮੀਟਰ ਓਕੇ 71,000 ਕਿਲੋਮੀਟਰ ਚੱਲੀ ਸਾਡੀਆਂ ਸਾਰੀਆਂ ਗੱਡੀਆਂ ਕਿਲੋਮੀਟਰਾਂ 'ਚ ਹੈ ਕੋਈ ਗੱਡੀ ਮਾਈਲਸ ਨਹੀਂ ਕੀਤੀ ਹੋਈ ਮੋਸਟਲੀ ਕੀ ਕਰਦੇ ਆ ਲੋਕ ਜਦੋਂ ਗੱਡੀ ਵੇਚਣੀ ਹੁੰਦੀ ਆ ਨਾ ਹੁੰਦੀਆਂ ਉਹਦੇ 'ਚ ਕਿਲੋਮੀਟਰ ਔਰ ਨਾ ਮਾਈਲ ਦੇ ਦੋਨੋਂ ਆਪਸ਼ਨ ਹੁੰਦੇ ਆ ਉਹ ਕੀ ਹੁੰਦਾ ਵੀ ਜੇ ਮੰਨ ਲਓ ਗੱਡੀ 1,00,000 ਕਿਲੋਮੀਟਰ ਚੱਲੀ ਹੈ ਤਾਂ ਉਹ ਗੱਡੀ 60,000 ਮਾਈਲਸ ਦਿਖਾਉਂਦੀ ਹੈ ਠੀਕ ਹੈ ਉਹ ਮਾਈਲਸ 'ਤੇ ਕਰ ਦਿੰਦੇ ਆ ਅਤੇ ਕਹਿ ਦਿੰਦੇ 60,000 ਚੱਲੀ ਹੋਈ ਗੱਡੀ ਹੈ ਜੀ ਕਸਟਮਰ 60,000 ਚੱਲੀ ਸੋਚ ਕੇ ਲੈ ਜਾਂਦਾ ਹੈ ਮੁੜ ਕੇ ਬਾਅਦ ਜਿੱਦਾਂ ਯਾਰ ਇਹ ਤਾਂ ਕਿਲੋਮੀਟਰ 'ਚ ਤਾਂ 1,00,000 ਕਿਲੋਮੀਟਰ ਚੱਲੀ ਹੋਈ ਗੱਡੀ ਹੈ ਸਹੀ ਸੋ ਸਾਡੀਆਂ ਗੱਡੀਆਂ ਸਾਰੀਆਂ ਜੈਨੂਅਲ ਕਿਲੋਮੀਟਰਸ ਦੇ ਵਿੱਚ ਚੱਲੀਆਂ ਕੋਈ ਵੀ ਗੱਡੀ ਮਾਈਲਸ 'ਚ ਨਹੀਂ ਚੱਲੀ ਹੋਈ ਓਕੇ ਮਤਲਬ ਇਹਨਾਂ ਗੱਡੀਆਂ 'ਚ ਫੀਚਰ ਹੁੰਦਾ ਜਿਹਦੀ ਮਾਈਲਸ 'ਚ ਤੇ ਜਾਂ ਕਿਲੋਮੀਟਰ ਓਬਵੀਅਸ ਹੈ ਜਿਹੜਾ ਕਿਲੋਮੀਟਰ ਹੁੰਦਾ ਉਹ ਜ਼ਿਆਦਾ ਹੋ ਜਾਂਦਾ ਮਾਈਲਸ ਘੱਟ ਜਾਂਦਾ ਹੈ ਠੀਕ ਹੈ ਹੁਣ ਮਾਈਲ ਜਿਹਦਾ ਆ ਜੂਗਾ ਜੇ ਆਪਾਂ 70,000 ਚੱਲੀਏ ਜਿਹਨੂੰ ਮਾਈਲਸ 'ਚ ਕਰ ਦਾਂਗੇ ਤੇ ਮਾਈਲ 'ਚ ਆ ਜੂਗੀ ਗੱਡੀ ਹੈ ਸਾਰੀ ਤੁਹਾਡੀ ਕੋਈ 35,000 ਕੇ 37,000 ਕਿਲੋ ਮਾਈਲਸ ਆ ਜੂਗੀ ਠੀਕ ਹੈ ਹਾਂ ਓਕੇ ਇਹਦਾ ਪ੍ਰਾਈਸ ਦੀ ਗੱਲ ਕਰੀਏ ਇਹ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ ਸਿਰਫ ਔਰ ਸਿਰਫ 13,25,000 ਰੁਪਏ ਦੀ 13-25 ਦੀ ਜੀ ਲੋ ਜੀ 13,25 ਅੱਛਾ ਇੱਕ ਚੀਜ਼ ਇਹ 'ਚ ਖਾਸ ਹੈ ਤੁਹਾਨੂੰ ਹੋਰ ਦੱਸਾਂ ਜੀ ਇਹ ਜਿਹੜੀ ਗੱਡੀ ਹੈਗੀ ਹੈ ਇਹ 3 ਲੀਟਰ ਵਾਲਾ ਮਾਡਲ ਹੈ ਠੀਕ ਹੈ ਕੰਪੈਰੀਜ਼ਨ ਕਰਨਾ ਹੈ ਤਾਂ 3 ਲੀਟਰ ਨਾਲ ਹੀ ਕਰਿਓ ਪ੍ਰਾਈਸ ਦਾ ਕਿਉਂਕਿ 2 ਲੀਟਰ ਦਾ ਪ੍ਰਾਈਸ ਔਰ 3 ਲੀਟਰ ਦਾ ਪ੍ਰਾਈਸ ਡਿਫਰੈਂਸ ਹੈ ਪਰ ਆਪਾਂ ਜਿਹੜਾ ਪ੍ਰਾਈਸ ਦੇ ਰਹੇ ਹਾਂ ਆਪਾਂ 2 ਲੀਟਰ ਗੱਡੀ ਵਾਲਾ ਪ੍ਰਾਈਸ ਦੇ ਰਹੇ ਹਾਂ 13,25,000 ਰੁਪਈਆ ਅਦਰਵਾਈਜ਼ ਗੱਡੀ ਦੀ ਕੀਮਤ 14,00,000 ਰੁਪਏ ਦੇ ਆਸ ਪਾਸ ਹੈ ਓਕੇ ਬਹੁਤ ਜ਼ਿਆਦਾ ਮੇਨਟੇਨ ਹੈ ਜਿਹੜੀ ਵੱਡੀ ਸਰਵਿਸ ਉਹ ਵੀ ਹੋਈ ਹੋਈ ਹੈ ਠੀਕ ਹੈ ਕੁਛ ਵੀ ਨਹੀਂ ਕਰਾਉਣਾ ਆਪਾਂ ਨੇ ਸਿਰਫ ਡੀਜ਼ਲ ਪਾਉਣਾ ਚਲਾਉਣਾ ਗੱਡੀ ਦਾ ਤਾਂ ਬਾਈ ਜੀ ਠੀਕ ਹੈ ਸਰਵਿਸ ਹੋਈ ਹੋਈ ਹੈ ਸਾਰਾ ਬਸ ਨਾਮ ਕਰਾਉਣੀ ਤਾਂ ਚਲਾਉਣੀ ਹੈ ਨਾਮ ਕਰਾਉਣੀ ਇਹ ਕੰਮ ਹੈ ਬਿਲਕੁਲ ਠੀਕ ਲੋ ਯਾ ਆ ਗਈ ਨੀਲੀ ਬਾਈ ਰੋਇਲ ਬਲੂ ਕਲਰ ਦੇ ਵਿੱਚ ਆ ਗਈ ਆਪਣੇ ਲਵੇ ਬਹੁਤ ਸੋਹਣੀ ਕਾਰ ਲੱਗਦੀ ਇਹ ਸਾਡੇ ਕੋਲ ਹਰ ਵਾਰ ਤੁਸੀਂ ਆਓਗੇ ਤੁਹਾਨੂੰ ਇੱਕ ਇਸ ਕਲਰ ਦੀ ਗੱਡੀ ਸਾਨੂੰ ਸਾਡੇ ਕੋਲ ਮਿਲੇਗੀ ਠੀਕ ਹੈ ਜੀ 17 ਵੀ ਵੇਚਤੀ 18 ਵੀ ਵੇਚਤੀ ਹੈ ਇਹ 19 ਮਾਡਲ ਹੈ ਓਕੇ ਇਹ ਭਾਜੀ ਨਵੰਬਰ 2019 ਦੀ ਗੱਡੀ ਹੈ ਠੀਕ ਹੈ ਵੀਰੇ ਨਵੰਬਰ 2019 BMW X1 ਠੀਕ ਹੈ ਡੀਜ਼ਲ ਆਟੋਮੈਟਿਕ ਟਰਾਂਸਮਿਸ਼ਨ ਤੇ ਬਾਹਰੋਂ ਗੱਡੀ ਸਾਰੀ ਹੀ ਓਰੀਜਨਲ ਹੈ ਜੀ ਕਿਤੋਂ ਵੀ ਕੋਈ ਰੀਪ੍ਰਿੰਟ ਨਹੀਂ ਹੈ ਓਕੇ ਵੀਰੇ ਤੇ ਕਿਲੋਮੀਟਰ ਜਿਹੜੀ ਹੈਗੀ ਹੈ ਗੱਡੀ ਇਹ 60,000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਠੀਕ ਹੈ ਭਾਜੀ ਅੰਦਰੋਂ ਇੰਟੀਰੀਅਰ ਦੇਖੋ ਕਾਰ ਦਾ ਬਿਲਕੁਲ ਹੀ ਬ੍ਰਾਂਡ ਨਿਊ ਇੰਟੀਰੀਅਰ ਹੈ ਗੱਡੀ ਦਾ ਕਿਤੋਂ ਵੀ ਕੋਈ ਚੀਜ਼ ਰੀਪ੍ਰਿੰਟ ਨਹੀਂ ਹੈਗੀ ਬਿਲਕੁਲ ਨਵੀਂ ਗੱਡੀ ਹੈ ਜੀ ਇਹ ਲੋ ਬਾਈ ਚੈੱਕ ਕਰੋ ਤੁਸੀਂ ਕਾਰ ਅੰਦਰੋਂ ਬਾਹਰੋਂ ਦੇਖੋ ਬਿਲਕੁਲ ਨਵੀਂ ਗੱਡੀ ਹੈ ਜੀ ਮੈਂ ਚੱਲ ਤੁਹਾਨੂੰ ਹੋਰ ਦੱਸ ਦਵਾਂ ਜਿਹੜੀ ਆਪਣਾ BMW X1 ਹੈ ਨਾ ਇਹਦੇ ਵਿੱਚ ਨਾ ਲੈਦਰ ਦਾ ਇੰਟੀਰੀਅਰ ਨਹੀਂ ਆਉਂਦਾ ਇਹ ਨਾ ਕਿਤੇ ਜਿਹੜਾ ਨਵਾਂ ਹੁਣ ਕੰਪਨੀ ਨੇ BMW ਨੇ ਨਾ ਇਹਦੇ ਇੰਟੀਰੀਅਰ ਦੇ ਵਿੱਚ ਸਿੰਥੈਟਿਕ ਮਿਕਸ ਇੰਟੀਰੀਅਰ ਪਾਇਆ ਇਹਦੇ ਸੀਟ ਕਵਰ ਖਰਾਬ ਹੀ ਨਹੀਂ ਹੁੰਦੇ ਕਦੀ ਭਾਜੀ ਠੀਕ ਹੈ ਇਹ ਕੰਪਨੀ ਨੇ ਹੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਐਡਵਾਂਸ ਕੀਤਾ ਕਿ ਇਹਦੇ 'ਚ ਜਿਹੜਾ ਮਟੀਰੀਅਲ ਹੈਗਾ ਉਹ ਸਿੰਥੈਟਿਕ ਮਿਕਸ ਕਰਤਾ ਪਿਓਰ ਲੈਦਰ ਨਹੀਂ ਹੈ ਪਿਓਰ ਲੈਦਰ ਕੀ ਹੁੰਦਾ ਖੁਸ਼ਕ ਹੋ ਕੇ ਫਟ ਜਾਂਦਾ ਕਰੈਕ ਆ ਜਾਂਦੇ ਆ ਬਟ ਜਿਹੜੀ ਆਹ ਚੀਜ਼ ਹੈ ਇਹ ਸਿੰਥੈਟਿਕ ਮਿਕਸ ਆਉਂਦਾ ਕਦੀ ਖਰਾਬ ਨਹੀਂ ਹੁੰਦਾ ਇਹਦੀ ਗ੍ਰੇਸ ਨਹੀਂ ਕਦੀ ਵੀ ਖਰਾਬ ਹੁੰਦੀ ਇਹ ਵੈਸੇ X1 ਦੇ ਵਿੱਚ ਹੀ ਅਜੇ ਕਰਿਆ ਓਕੇ ਬਾਕੀ ਜੇ ਲੈਦਰ ਹੀ ਆਉਂਦਾ ਬਾਕੀ ਹੌਲੀ ਹੌਲੀ ਮੈਨੂੰ ਲੱਗਦਾ ਸਾਰੀਆਂ ਚੇਂਜ ਕਰ ਦੇਣਗੇ ਹੌਲੀ ਹੌਲੀ ਅੱਗੇ ਅੱਗੇ ਸਾਰਾ ਕੁਝ ਆ ਹੀ ਜਾਣਾ ਜੀ 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 ਇਹ ਡੀਜ਼ਲ ਦੇ ਵਿੱਚ ਹੈ ਆਟੋਮੈਟਿਕ ਹੈ 2019 ਮਾਡਲ ਹੈ ਨਵੰਬਰ ਦੀ ਹਾਂਜੀ ਇਹ ਗੱਡੀ ਤੁਹਾਨੂੰ ਦੇ ਦਾਂਗੇ ਅਸੀਂ ਸਿਰਫ 26 ਲੱਖ ਰੁਪਏ ਦੀ 26 ਲੱਖ ਇਹ ਪ੍ਰਾਈਸ ਤੁਹਾਨੂੰ ਬਿਲਕੁਲ ਘਟਾ ਕੇ ਦੇਤਾ ਨਵੀਂ ਦਾ ਕਿੰਨਾ ਰੇਟ ਦਾ ਇਹ ਭਾਜੀ ਨਵੀਂ ਜਿਹੜੀ ਹੈਗੀ ਹੈ 56,00,000 ਰੁਪਏ ਨੂੰ ਕਾਸਟ ਕਰਦੀ ਹੈ 56 ਲੱਖ ਤੇ ਤੁਹਾਨੂੰ 60 ਲੱਖ ਦੀ ਪਊਗੀ ਗੱਡੀ ਸਾਰਾ ਕੁਝ ਕਰਾ ਕਰੂਗੇ ਠੀਕ ਹੈ ਵੀਰੇ ਠੀਕ ਹੈ ਲਓ ਬਾਈ ਮਾਡਲ ਕੀਮਤ ਤੁਹਾਨੂੰ 50% ਡਿਸਕਾਊਂਟ ਕਰਤਾ ਜੀ ਦੇਖਿਆ ਮੋਟਾ ਮੋਟਾ 50% ਲੈਸ ਹਾਂ ਚੈੱਕ ਕਰੋ 11ਵੇਂ ਮਹੀਨੇ ਦੀ ਕਾਰ ਹੈ 2019 ਦੀ ਹਾਂ ਉੱਚਾ ਮਾਡਲ ਹੈ ਨਵੇਂ ਤੋਂ ਨਵਾਂ ਮਾਡਲ ਹੈ ਜੀ ਨਵੇਂ ਤੋਂ ਨਵਾਂ ਠੀਕ ਹੈ ਲੋ ਵੀ ਮਿੱਤਰੋ ਅਗਲੀ ਕਾਰ ਆ ਗਈ ਕੀਆ ਹਾਂਜੀ ਵੀਰੇ ਹੁਣ ਪੰਜਾਬੀ ਭਾਸ਼ਾ ਦਾ ਬਹੁਤ ਮਤਲਬ ਕਹਿੰਦੇ ਕੀ ਆ ਇਹ ਕੀਆ ਸੈਲਟਸ ਹੈ ਭਾਜੀ ਹਾਂਜੀ ਵੀਰੇ ਇਹ ਕੀਆ ਸੈਲਟਸ ਦਾ ਟਾਪ ਐਂਡ ਮਾਡਲ ਹੈ GT ਲਾਈਨ ਓਕੇ ਇਹ ਪੈਟਰੋਲ ਹੈ 2023 ਮਾਡਲ ਹੈ ਜੀ ਇਹ ਠੀਕ ਹੈ ਇਹ ਗੱਡੀ ਚੱਲੀ ਹੈ ਸਿਰਫ ਔਰ ਸਿਰਫ 7,800 ਕਿਲੋਮੀਟਰ ਇਹ ਸੌ ਚੱਲੀ ਹੈ ਗੱਡੀ ਜਿਵੇਂ ਸ਼ੋਰੂਮ 'ਚੋਂ ਗੱਡੀ ਲੈ ਕੇ ਜਾਂਦੇ ਹੁੰਦੇ ਹੋ ਤੁਸੀਂ ਖੋਲ੍ਹ ਲਓ ਅੰਦਰੋਂ ਖੁਸ਼ਬੂ ਵੀ ਉਹੀ ਨਵੀਂ ਗੱਡੀ ਵਾਲੀ ਆ ਰਹੀ ਹੈ ਗੱਡੀ ਦੇ ਵਿੱਚ ਨਾ 7,800 ਚੱਲੀ ਹੋਈ ਹੈ ਪੈਟਰੋਲ ਹੈ ਇਹ GT ਲਾਈਨ ਹੈ ਟਾਪ ਐਂਡ ਮਾਡਲ ਇਹ ਨਵੀਂ 22,00,000 ਰੁਪਏ ਨੂੰ ਕਾਸਟ ਕਰਦੀ ਹੈ ਜੀ ਇਹ ਨਵੀਂ ਓਕੇ ਇਹਦੇ ਵਿੱਚ ਜਿਹੜੀ ਹੈ ਇੱਕ ਆ
तो नंबर जो है इस कार का पंजाब का पी पी वी नंबर की कार है PB08 जलंधर वाले वास्ते गड्डी है। लो भाई जलंधर वाले थोड़े वास्ते नंबर है, नंबर भी जेड़ा 0036 नंबर है 0036 जी। नवी कार बिल्कुल ब्रांड न्यू गड्डी है जी, ये कार नवी 22 लाख नू कॉस्ट करती है, आपा कार दे रहे 19 लाख रुपए। हाँ जी 3 लाख का फायदा, 3 लाख का फायदा हो रहा है। अच्छा आप तुहानू तुहाडे चैनल ते आपां होर घटा दिंदे आ, आपां गड्डी दे देंगे 18.5 लाख रुपए थोड़े वास्ते स्पेशल। चलो 5000 रुपए होर बचाता जी थोड़ा। थोड़ी SUVs गड्डियां थोड़े मन दी इच्छा पूरी हो गई, SUV आपां पूरी करती हैं गड्डियां। हुण आपां सेडान कार्स दिखांदे आ जिहड़ियां स्पेशल गड्डियां आपां खड़ियां ने सेडान दे विच। अच्छा इक ना वीर आपणे ना यूथ दी हुंदी हैगी ना मन ते हुंदा वी कार होवे साडे लवे लग्जरी, मान लो BMW मर्सिडीज जां लग्जरी कार वधिया, पर उहदा आपां कहिंदे वी रनिंग कॉस्ट घट होवे, माइलेज ज्यादा होवे, सर्विस कॉस्ट घट होवे, ਉਹ ਇਦਾਂ ਦੀ ਕਿਹੜੀ ਕਾਰ ਲੈਣੀ ਚਾਹੀਦੀ ਹੈ ਸਰ? ਇਸ ਤਰ੍ਹਾਂ ਕਾਰ ਤੁਸੀਂ ਚਾਹੇ ਮਰਜ਼ੀ ਲੈ ਲਓ, ਚਾਹੇ BMW ਚਾਹੇ ਆਡੀ ਲੈ ਲਓ, ਇਹਨਾਂ ਦੀ ਕਾਸਟਿੰਗ ਸੇਮ ਪੈਂਦੀ ਹੈ। ਠੀਕ ਹੈ, ਬਟ ਇਹ 'ਚ ਕੀ ਹੈ ਕਿ ਵੀ ਤੁਹਾਡੀ ਆਪਣੀ ਕੇਅਰ ਹੈ, ਤੁਸੀਂ ਅਗਰ ਮੇਨਟੇਨ ਰੱਖੋਗੇ ਤਾਂ ਗੱਡੀ ਫਾਲਟ ਨਹੀਂ ਦਿੰਦੀ। ਓਕੇ, ਅਤੇ ਜਿਹੜੀ ਆਪਣਾ ਇੱਕ ਛੋਟਾ ਜਿਹਾ ਇੱਕ ਇਹਦਾ ਸਿਸਟਮ ਬਣਿਆ ਹੋਇਆ, ਤੁਸੀਂ ਅਗਰ ਮੇਨਟੇਨੈਂਸ ਦਾ ਦੇਖੋਗੇ ਇਨਕਲੂਡਿੰਗ ਮੇਨਟੇਨੈਂਸ, ਤੁਹਾਨੂੰ ਜਿਹੜੀਆਂ ਪ੍ਰੀਮੀਅਮ ਕਾਰਜ਼ ਨੇ ਉਹ ਤੁਹਾਨੂੰ 3.5 ਤੋਂ 4 ਰੁਪਏ ਕਿਲੋਮੀਟਰ ਕੋਸਟ ਕਰਦੀਆਂ। ਓਕੇ, 3.5 ਤੋਂ 4 ਰੁਪਏ ਕਿਲੋਮੀਟਰ ਕੋਸਟ ਕਰਨਗੀਆਂ ਸਰਵਿਸ ਦੇ। ਤੁਸੀਂ ਮਤਲਬ 10,000 ਕਿਲੋਮੀਟਰ ਚਲਾਤੇ ਸਮਝੋ ਤੁਹਾਡਾ 40,000 ਰੁਪਏ ਦਾ ਖਰਚਾ ਹੈ। ਠੀਕ ਹੈ, ਉਹਦੇ ਵਿੱਚ ਤੁਸੀਂ ਸਾਡੀ ਸਰਵਿਸ ਵੀ ਆ ਜਾਏਗੀ, ਛੋਟਾ ਮੋਟਾ ਮੇਨਟੇਨੈਂਸ ਵੀ ਆ ਜਾਏਗਾ। ਓਕੇ, ਜਿਹੜੀ ਸਰਵਿਸ ਹੈਗੀ ਹੈ ਸੈਕਿੰਡ ਹੈਂਡ ਕਾਰ ਦੀ, ਉਹ ਨਵੀਂ ਸ਼ੋਰੂਮ ਜਾ ਕੇ ਕਰਾਉਣ ਦੀ ਕੀ ਲੋੜ ਹੈ? ਸ਼ੋਰੂਮ ਤੁਹਾਡੀ 30-32 ਹਜ਼ਾਰ ਰੁਪਏ ਦੀ ਸਰਵਿਸ ਹੁੰਦੀ ਹੈ। ਤੁਸੀਂ ਉਹ ਤੁਸੀਂ ਕਿਤੇ ਮਲਟੀ ਬ੍ਰਾਂਡ ਚਲੇ ਜਾਓ, ਮਲਟੀ ਬ੍ਰਾਂਡ ਦੇ ਵੀ ਤੁਹਾਡੀ ਓਰੀਜਨਲ ਡਾਕੂਮੈਂਟ ਓਰੀਜਨਲ ਤੁਹਾਡੇ ਪਾਰਟਸ ਦੇ ਨਾਲ ਦੀ ਸਰਵਿਸ ਜਿਹੜੀ ਹੈਗੀ ਹੈ ਉਹ ਕਰੀਬ ਕਰੀਬ 16,000-18,000 ਨੂੰ ਕੋਸਟ ਕਰਦੀ ਹੈ। ਓਕੇ, ਜਿਹੜਾ ਤੁਹਾਡਾ ਪੈਸਾ ਬਾਕੀ ਬਚਦਾ ਉਹਦੀ ਮੇਨਟੇਨੈਂਸ ਤੇ ਖੁੱਲਾ ਡੁੱਲਾ ਖਰਚਾ ਕਰੋ, ਗੱਡੀ ਮੇਨਟੇਨ ਰੱਖੋ ਤੇ ਚਲਾਓ ਨਜ਼ਾਰੇ ਲਓ। ਇੱਕ ਆ ਇਹ ਆਟੋ ਪਾਰਕਿੰਗ ਹੈ ਉਰੇ, ਇਹ ਸਰ ਹੈਗੀ ਹੈ ਲਗਜ਼ਰੀ ਲਾਈਨ ਹੈ ਜੀ ਇਹ ਕਾਰ। ਹਾਂਜੀ, 2015 ਮਾਡਲ ਗੱਡੀ ਹੈ ਜੀ ਇਹ। ਓਕੇ, ਇਹ ਵੀ ਟੌਪ ਮਾਡਲ ਹੈ ਜੀ। ਆਟੋ ਪਾਰਕਿੰਗ ਜਿਹੜੀ ਹੈ 2018 ਚ ਆਈ ਸੀ, 17 ਚ ਇਹ ਆਟੋ ਪਾਰਕਿੰਗ ਵਾਲਾ ਮਾਡਲ ਹੈ। ਇਹ ਹੈਗੇ ਦੋਨੇ ਸਗੇ ਹੀ ਨੇ, ਦੋਨੋਂ ਹੀ ਲਗਜ਼ਰੀ ਲਾਈਨ ਹੈ। ਇਹ 15 ਮਾਡਲ ਹੈ, ਇਹ 18 ਮਾਡਲ, ਇਹ ਵੀ ਦਿਖਾ ਦਾਂਗੇ ਆਪਾਂ ਤੁਹਾਨੂੰ, ਪਹਿਲਾਂ ਪਾ ਕਰ ਲੈਂਦੇ ਹਾਂ। ਇਹ 2015 ਮਾਡਲ ਹੈ, ਟੌਪ ਮਾਡਲ ਹੈ ਲਗਜ਼ਰੀ ਲਾਈਨ। ਠੀਕ ਹੈ, ਇਹ ਗੱਡੀ ਸਿਰਫ 59,000 ਕਿਲੋਮੀਟਰ ਚੱਲੀ ਹੈ, 59,000 ਕਿਲੋਮੀਟਰ ਵਿਦ ਆਲ ਕੰਪਨੀ ਸਰਵਿਸ ਰਿਕਾਰਡ। ਠੀਕ ਹੈ, ਇਸ ਗੱਡੀ ਦਾ ਹਰਿਆਣਾ ਦਾ ਨੰਬਰ ਹੈ, ਨੰਬਰ ਨਾਲ ਦੇਵਾਂਗੇ, ਨੰਬਰ ਵੀ ਵਧੀਆ, ਇਹਦੇ 'ਚ VIP ਨੰਬਰ ਲੱਗਿਆ, ਪੇਡ ਨੰਬਰ ਲੱਗਿਆ ਹੋਇਆ, ਸਿੰਗਲ ਹੈਡ ਚੱਲੀ ਹੋਈ ਗੱਡੀ, ਫਸਟ ਓਨਰ ਗੱਡੀ ਜੀ। ਓਕੇ, ਅਤੇ ਪ੍ਰਾਈਸ ਇਹਦਾ ਵੀ ਨਵੀਂ ਦਾ ਕਿੰਨਾ? ਅਤੇ ਫਸਟ ਓਨਰ ਫੁੱਲ ਇੰਸ਼ੋਰਡ ਗੱਡੀ ਹੈ ਇਹ, ਉਦੋਂ ਜਿਹੜੀ ਕੋਸਟ ਕਰਦੇ ਸੀ ਕਰੀਬ ਕਰੀਬ 72 ਲੱਖ ਰੁਪਏ ਦੀ, 69-72 ਦੇ ਵਿੱਚ ਕੋਸਟ ਕਰਦੀ ਸੀ। ਆਪਾਂ ਦੇਵਾਂਗੇ ਤੁਹਾਨੂੰ ਸਿਰਫ ਔਰ ਸਿਰਫ ਗੱਡੀ, ਇੱਕੋ ਰੇਟ ਹੈ, ਪਰ ਇਸ ਗੱਡੀ 'ਚ ਨੈਗੋਸ਼ੀਏਸ਼ਨ ਨਹੀਂ ਹੈ, ਇਹ 20 ਲੱਖ ਰੁਪਏ ਦੀ ਆਪਾਂ ਕਰ ਦੇ ਦੇਣੀ ਹੈ। 20 ਲੱਖ ਰੁਪਏ, ਹਾਂ। ਇਹ ਗੱਡੀ ਦੀ ਅੱਜ ਵੀ ਜਿਹੜੀ ਕੀਮਤ, ਅਗਰ ਮਾਰਕੀਟ ਦੇਖੋਗੇ ਤੁਹਾਡੇ ਪੰਜਾਬ 'ਚ ਤੁਸੀਂ ਲੈ ਕੇ ਚੱਲੋ ਨਾ, ਅਤੇ 24 ਲੱਖ ਰੁਪਏ ਕੀਮਤ ਮੰਗਦੇ ਇਸ ਗੱਡੀ ਦੀ, 23-24 ਮੰਗਦੇ ਆ। ਆਪਾਂ ਇਹ 20 ਲੱਖ ਰੁਪਏ ਦੀ ਗੱਡੀ ਦੇ ਦੇਣੀ ਹੈ, ਕਸਟਮਰ ਕਿਤੇ ਦਾ ਵੀ ਹੋਵੇ, ਹਰਿਆਣੇ ਦਾ ਹੋਵੇ ਤਾਂ ਉਹਦਾ ਫਾਇਦਾ ਹੋਜੂਗਾ, ਜੇ ਕੋਈ ਪੰਜਾਬ ਚੰਡੀਗੜ੍ਹ 'ਚੋਂ ਆ ਗਿਆ 1.5-2 ਲੱਖ ਰੁਪਏ ਦਾ ਹੋਰ ਲੱਗਣਾ। ਲਓ ਵੀ ਮਿੱਤਰੋ, ਤੁਹਾਡਾ 4 ਲੱਖ ਰੁਪਏ ਦਾ ਫਾਇਦਾ ਕਾਰ ਦੇ ਵਿੱਚੋਂ ਅਗਰ ਤੁਸੀਂ ਉਹ ਕਾਰ ਬਾਏ ਕਰਦੇ। ਇਹ ਕਾਰ ਬੰਪਰ ਟੂ ਬੰਪਰ ਆਲ ਓਰੀਜਨਲ ਹੈ ਜੀ। ਠੀਕ ਹੈ ਜੀ, ਸਿਰਫ 59,000 ਕਿਲੋਮੀਟਰ ਚੱਲੀ ਹੈ, 59,000 ਚੱਲੀ ਹੈ, 2015 ਮਾਡਲ, ਸਿਰਫ 20 ਲੱਖ ਦੀ, 20 ਲੱਖ ਰੁਪਏ ਦੀ ਕਾਰ ਹੈ, ਕੋਈ ਕਮੀ ਨਹੀਂ ਕਾਰ ਦੇ ਵਿੱਚ। ਠੀਕ ਹੈ, ਡੀਜ਼ਲ ਆਟੋਮੈਟਿਕ 10 ਇੰਟੀਰੀਅਰ ਸਨਰੂਫ ਨਾਲ ਹੈ ਜੀ ਗੱਡੀ ਦਾ, ਫਸਟ ਓਨਰ ਫੁੱਲ ਇੰਸ਼ੋਰਡ ਗੱਡੀ। ਅਗਲੀ ਕਾਰ ਆਪਾਂ ਹੁਣ ਇਹ ਦਿਖਾ, ਅਗਲੇ ਪਾ ਕਰ ਲੈਂਦੇ ਜੀ ਗੱਡੀ ਆਟੋ ਪਾਰਕਿੰਗ ਜਿਹੜੀ ਆਪਾਂ। ਜੀ ਇਹਦਾ ਇਹਦੇ ਨਾਲ ਦੀ ਆਪਾਂ ਇੱਕ ਵਾਰ ਪਹਿਲਾਂ ਵੀ ਦਿਖਾਈ ਸੀਗੀ। ਹਾਂ, ਆਪਣੇ ਤਿੰਨ ਗੱਡੀਆਂ ਵੇਚ ਚੁੱਕੇ ਹਾਂ, ਚੌਥੀ ਗੱਡੀ ਹੈ ਜੀ। ਠੀਕ ਹੈ ਵੀਰੇ, ਇਹ ਹੈਗੀ ਹੈ ਜੀ 2018 ਮਾਡਲ। ਹਾਂਜੀ, ਸਿੰਗਲ ਹੈਂਡ ਚੱਲੀ ਹੋਈ ਹੈ, ਇਹ ਲਗਜ਼ਰੀ ਲਾਈਨ ਮਾਡਲ ਹੈ, ਟੌਪ ਐਂਡ ਮਾਡਲ ਹੈ ਆਟੋ ਪਾਰਕਿੰਗ ਵਾਲੀ। ਠੀਕ ਹੈ, ਇਹਦੇ ਵਿੱਚ ਆਪਣੇ ਕੋਲ 2 ਮਾਡਲ ਨੇ, ਇੱਕ ਇਹ, ਇੱਕ ਦੂਜੀ ਗੱਡੀ ਹੈ। ਠੀਕ ਹੈ, ਜਿਹੜੀ ਇਹ ਗੱਡੀ ਹੈਗੀ ਹੈ ਇਹ ਆਪਣੀ ਚੱਲੀ ਹੋਈ ਹੈ 80,000 ਕਿਲੋਮੀਟਰ, ਜਿਹੜੀ ਦੂਜੀ ਹੈ ਉਹ ਚੱਲੀ ਹੈ 40,000 ਕਿਲੋਮੀਟਰ। ਓਕੇ ਵੀਰੇ, ਦੋਨਾਂ ਦਾ ਕਲਰ ਦਾ ਡਿਫਰੈਂਸ ਹੈ ਅੰਦਰੋਂ ਇੰਟੀਰੀਅਰ ਦੇ, ਵਾਈਟ ਕਲਰ 'ਚ ਦੋਨੋਂ ਹੀ ਗੱਡੀਆਂ। ਠੀਕ ਹੈ, ਇਹਦਾ ਇੰਟੀਰੀਅਰ ਟੈਨ ਹੈ, ਇੱਕ ਦਾ ਹੈਗਾ ਬੇਜ ਕਲਰ ਦਾ। ਠੀਕ ਹੈ, ਦੋਨੋਂ ਗੱਡੀਆਂ ਤੁਸੀਂ ਲੈ ਸਕਦੇ ਹੋ। ਓਕੇ, ਠੀਕ ਹੈ, ਅਤੇ ਇਹ ਕਾਰ ਦੇ ਵਿੱਚ ਫੀਚਰ ਤਾਂ ਰੱਜ ਕੇ ਹੈ ਜੀ, 360 ਇਹਦੇ 'ਚ ਵਿਊ ਕੈਮਰਾ ਹੈਗੇ ਆ, ਸਾਈਡ ਅਸਿਸਟ ਜਿਹੜਾ ਹੈਗਾ ਇਹਦੇ ਵਿੱਚ, ਆਪਣਾ ਤੁਹਾਡੀ ਜਿਹੜੀ ਸਾਈਡ ਲੇਨ ਹੈਗੀ ਆ ਉਹਨੂੰ ਅਸਿਸਟ ਕਰਨ ਵਾਸਤੇ ਕੈਮਰਾ ਹੈਗਾ, ਫਰੰਟ ਬੈਕ ਕੈਮਰਾ ਹੈਗਾ। ਠੀਕ ਹੈ, ਨੈਵੀਗੇਸ਼ਨ ਸਿਸਟਮ ਹੈ ਆਟੋ, ਇਹਦੇ 'ਚ ਆਟੋ ਪਾਰਕਿੰਗ ਹੈ, ਮਤਲਬ ਤੁਸੀਂ ਕੀਲੈਸ ਸਟਾਰਟ ਹੈ ਗੱਡੀ, ਹੈ ਨਾ। ਇਹਦੇ 'ਚ ਫੀਚਰਸ ਤਾਂ ਇੰਨੇ ਜ਼ਿਆਦਾ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਪੂਰੇ ਕਰਨੇ ਮੁਸ਼ਕਲ ਹੋ ਜਾਂਦੇ, ਤੁਹਾਨੂੰ ਸਮਝਾ ਹੀ ਨਹੀਂ ਸਕਦੇ। ਮਤਲਬ ਵੀ ਫੀਚਰ ਬਸ, ਜਿਹਨੂੰ ਕਹਿੰਦੇ BMW ਲੈਣੀ ਤੁਸੀਂ ਆਹ ਲੈ ਲਓ ਬਾਈ, ਅੰਦਰ ਬੈਠ ਕੇ ਗੱਡੀ ਦੀ ਸਾਰੀ ਹਿਸਟਰੀ ਤੁਸੀਂ ਸਕਰੀਨ 'ਤੇ ਹੀ ਦੇਖ ਸਕਦੇ ਹੋ। ਠੀਕ ਹੈ, ਵੀ ਕਦੋਂ ਗੱਡੀ ਕਿੱਥੇ ਸਰਵਿਸ ਹੋਈ, ਕੀ ਸਰਵਿਸ ਹੋਈ, ਕੀ ਮੰਗਿਆ, ਕੀ ਨਹੀਂ ਮੰਗਿਆ, ਸਾਰਾ ਕੁਝ ਇਹਦੇ ਕਾਰ ਦੇ ਵਿੱਚ ਹੀ ਹੈ, ਕੋਈ ਨਹੀਂ ਢਾਪਨ ਕਰ ਸਕਦਾ ਇਸ ਗੱਡੀ ਦੇ ਵਿੱਚ। ਪਰਲੇ ਲਓ ਜੀ, ਸਾਰਾ ਇੰਟੀਰੀਅਰ ਵੀ ਇਹਦਾ ਲੈਦਰ ਦਾ ਹੀ ਹੈ ਸਾਰਾ। 90 ਲੱਖ ਰੁਪਏ ਦੀ ਕਾਰ ਨਵੀਂ ਕੋਸਟ ਕਰਦੀ ਹੈ ਜੀ, ਨਵੀਂ। ਠੀਕ ਹੈ, ਇਹ 2018 ਮਾਡਲ ਗੱਡੀ ਹੈ। ਹਾਂਜੀ, ਆਪਾਂ ਤੁਹਾਡੇ ਵਾਸਤੇ ਸਪੈਸ਼ਲ ਪ੍ਰਾਈਸ ਦੇ ਰਹੇ ਹਾਂ ਜਿਹੜਾ ਕਿ ਹਜੇ ਤੱਕ ਕਿਸੇ ਨੇ ਨਹੀਂ ਦਿੱਤਾ ਜੀ। ਓਕੇ, ਆਪਾਂ ਇਹ ਗੱਡੀ ਦੇਵਾਂਗੇ ਤੁਹਾਨੂੰ ਸਿਰਫ ਔਰ ਸਿਰਫ 35 ਲੱਖ ਰੁਪਏ ਦੀ। 35 ਲੱਖ ਰੁਪਏ ਇਸ ਪ੍ਰਾਈਸ 'ਚ, ਮੈਂ ਕਹਿੰਦਾ ਪੂਰੇ ਪੰਜਾਬ ਜਿੱਥੇ ਮਰਜ਼ੀ ਛਾਣ ਮਾਰੋ, ਦਿੱਲੀ ਤੱਕ ਵੀ ਚੱਲ ਜਾਓ, ਤੁਹਾਨੂੰ 35 ਲੱਖ ਰੁਪਏ ਦੀ 18 ਮਾਡਲ ਗੱਡੀ ਕੋਈ ਵੀ ਨਹੀਂ ਦੇ ਸਕਦਾ। ਮੇਰਾ ਚੈਲੰਜ ਹੈ, ਮੈਂ ਕਲੀਅਰ ਚੈਲੰਜ ਕਰਦਾ ਜੀ, ਕੋਈ ਵੀ ਬੰਦਾ ਤੁਹਾਨੂੰ 2018 ਮਾਡਲ ਗੱਡੀ ਇਸ ਕੰਡੀਸ਼ਨ ਦੀ, ਆਹ ਗੱਡੀ ਦੇਖ ਜਾਓ, ਦੂਜੀ ਗੱਡੀ ਦੇਖ ਜਾਓ, 35 ਲੱਖ ਰੁਪਏ ਦੀ ਗੱਡੀ ਕੋਈ ਨਹੀਂ ਦੇ ਸਕਦਾ।
तो एक बार मैं पहला भी दस दिना थोनू मैं पहला दसी सी तो उरे कोई बई आया सी तो नवीं कारा सोच के अंदर आ गए थे नवीं कारा मिलती है उन्होंने देखो फिर एक बार आप गल करते हैं कि जो आप यूज कारा का काम करते हैं सूँ काम करते हुए करीब करीब 24-25 साल हो गए साडा जिहड़ा ऑफिस का नाम फ्रेंड्स कार लाइन है सो इन्ने सालों का एक्सपीरियंस है आप कम तसली बख्श करते हैं परमात्मा की कृपा ने आप हौली हौली कम वधाया अपना ठीक है सो तुहाडे भरावां दी जिहड़ी हैगी आ हैल्प रही है साडे नाल तां साडे कोल तुसीं स्टॉक लैके जांदे ने साडा कम वधदा गया सो असीं चाहवांगे भी अच्छी गड्डी दईए वधिया कार दईए सर्विस रिकॉर्ड वाली कार दईए फिर दोबारा ये जी वीडियो आप सिर्फ एंटरटेनमेंट वास्ते नहीं बनाते सिर्फ तुम एक इनफॉर्मेशनल वीडियो दे रहे हैं कि साढ़े को कारा है ने इस तो अलावा होर बहुत सारिया कारा ने कार लैनी है एक बार विजिट जरूर करो देखो जरूर आके एक बार फिर तुम कंपेरिजन करो किसी नाल कि महंगी सस्ती की होंगी है चंगी माड़ी की होंगी है गड्डी कभी भी कार तुम लैके रोड से निकलना है सड़क पर जाना है फैमिली नाल होंगी है सस्ती के चक्कर च ना पो अच्छी गड्डी लो अच्छी गड्डी भी सस्ती मिल सकती है सिर्फ सस्ती ही देख के नहीं गड्डी लेनी चाहिए भाई वो गड्डी सस्ती मिलती है महंगी है ये भी देखो गड्डी फर्स्ट ओनर है एक सैकंड ओनर है एक थर्ड ओनर है इंश्योरेंस है भी है कि नहीं है सर्विस रिकॉर्ड है भी है कि नहीं है चाबियां दोनों मिल जाएंगे साढ़े को सारी गड्डी का सर्विस रिकॉर्ड मिलेगा दोनों की ओरिजिनल चाबियां मिलनगियां सारा तुम्हें गड्डी का हिस्ट्री मिलेगी बैग मिलेगा बुकलेट मिलेगी सब कुछ मिलेगा टू कंप्लीट साडा खुद का इंटरस्ट है भी चाहे मैं गड्डी थोनू बेच दवा चाहे मैं अपने घर किसी दे देव तो मतलब चीज़ ऐसी ही होएगी कि मैं पूरी तसली होएगी मैं ता चीज़ बेचता उस तो पहले मैं गड्डी नहीं बेचता मतलब जी खुद को पसंद है कार तुसी वो बाय कर दो बिल्कुल बिल्कुल ठीक है ठीक ओके देखो ये गल्लां सुन के बोर ना आयो थोड़े वास्ते असीं गल्लां करदे आं कि तुहानूं समझ आवे हर चीज़ की ये चंगीआं गल्लां ने वीरे हैना जिहड़े कोई अजकल सुननीआं नहीं पसंद करदा लोक कहिंदे चीज़ लो वेचो पर अपना कम नहीं हैगा जी आओ जरूर एक वारी देखो जरूर गड्डी लो ना लो उहदी बाद च गल्ल है वैसे ही मिलन आ जाओ कदी आके मिल के जाओ ठीक है ना फिर पता लगू ते आ इस वारी क्योंकि कार हरेक दी लोड़ पैंदी जिंदगी च सब ने कार लैनी है जी ऐसी गल नहीं है परमात्मा सब नूं कृपा रखे कारां वाले करो सब नूं ते गड्डी देखो जरूर फिर तुहाडा दिल हौली हौली बनूगा तां लै जाओ मैं पहला भी किसी रील दे विच कह दी महा भरावो मेहनत करो है मेहनत नाल सारा कुछ परमात्मा सब दंदा जी हां बिल्कुल जी बिल्कुल ते जिहदे मन दे विच इच्छा हैगी लैण दी ओहनूं गणा भाई है ना बाकी असीं जदों 1998 च कम शुरू कीता सी 1998 दे विच उस टाइम असीं की वेचदे सीगे ऊनो फीएट कॉन्टेसा अंबेसडर ठीक है एनी वो गड्डिया वेचते होंदे सीगे ये फिर हौली हौली मरूतियां वेचण लग गए फिर हौली हौली अपने तुहाडियां स्टीमां आ गईआं फिर ਤੁਹਾਡੀ ਸਕੋਡਾ ਆ ਗਈਆਂ ਮੈਂ ਕਰਦੇ 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 ਫਿਰ ਅੱਜ ਆਪਾਂ ਗੱਡੀਆਂ ਤੇ ਆਏ ਹਾਂ ਉਹੀ ਤਾਂ ਗੱਲ ਹੈ ਵੀਰੇ ਮੈਂ ਮਿਹਨਤ ਤਾਂ ਤੁਹਾਨੂੰ ਗੱਲ ਕਰੀ ਮਿਹਨਤ ਜ਼ਰੂਰੀ ਹੈ ਜੀ 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 ਅਤੇ ਮਨ ਦੇ ਵਿੱਚ ਧਾਰ ਕੇ ਚੱਲੋ ਬਈ ਆਪਾਂ ਹਨਾ ਅੱਜ ਇਹ ਕੁਛ ਲੈਣਾ ਤਾਂ ਸਾਲ ਬਾਅਦ ਆਹ ਕੁਛ ਲੈਣਾ ਜੀ ਚਲੋ ਅਤੇ ਆਹ ਵੀਰੇ ਹੁਣ ਆਪਾਂ ਗੱਡੀ ਕਰਦੇ ਹਾਂ ਜੀ ਇਹ ਕਾਰ ਬਹੁਤ ਹੀ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਮਤਲਬ ਇਹ ਕਾਰ ਇੰਨੀ ਕੁ ਵਧੀਆ ਹੈ ਵੀ ਇਸ ਗੱਡੀ ਨੂੰ ਟੈਸਟ ਡਰਾਈਵ ਲੈਣ ਦੀ ਵੀ ਲੋੜ ਨਹੀਂ ਹੈ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੀ ਗੱਡੀ ਹੈ ਜੀ ਇਹ ਮਰਸੀਡੀਜ਼ ਦਾ E250 ਮਾਡਲ ਹੈ ਜੀ ਇਹ ਠੀਕ ਹੈ 2015 ਮਾਡਲ ਹੈ ਓਕੇ ਇਸ ਗੱਡੀ ਦਾ ਦਿੱਲੀ ਦਾ ਨੰਬਰ ਹੈ ਦਿੱਲੀ ਦਾ ਨੰਬਰ ਹੈ ਆਪਾਂ ਐਵੇਂ ਐਰਾਗਾਰਾ ਨੰਬਰ ਨਾ ਸਮਝੀਏ ਇੱਕ ਵਾਰ ਬਾਈ ਜੀ ਪਿੱਛੇ ਆ ਜਾਓ ਇਸ ਕਾਰ ਦਾ ਇੱਕ ਨੰਬਰ ਵੀ ਦਿਖਾ ਦਿਓ ਇਹ 'ਚ ਗਲਾਸ ਟੌਪ ਵਾਲਾ ਮਾਡਲ ਹੈ ਜੀ ਠੀਕ ਹੈ ਟੌਪ ਮਾਡਲ ਹੈ ਸਿੰਗਲ ਹੈਂਡ ਚੱਲੀ ਹੀ ਫਸਟ ਓਨਰ ਗੱਡੀ ਹੈ ਗੱਡੀ ਦਾ ਨੰਬਰ ਹੈਗਾ 17 ਓਕੇ 00 00 17 ਨੰਬਰ ਹੈ ਜਿਸ ਬੰਦੇ ਨੇ ਨੰਬਰ ਦੇ ਉੱਤੇ ਪੈਸਾ ਖਰਚਿਆ ਹੈ ਉਸਨੇ ਗੱਡੀ ਦੇ ਉੱਤੇ ਪੂਰਾ ਪੈਸਾ ਖਰਚਿਆ ਪੂਰੀ ਮੇਨਟੇਨ ਗੱਡੀ ਰੱਖੀ ਹੋਈ ਹੈ ਮਤਲਬ ਇਸ ਗੱਡੀ ਦੇ ਵਿੱਚ ਅਗਰ ਇਹ ਫਿਨ ਵੀ ਲੱਗੀ ਹੋਈ ਹੈ ਨਾ ਸਪਾਇਲਰ ਫਿਨ ਤੇ ਇਹ ਵੀ ਏਜੰਸੀ ਚੋਂ ਲੱਗੀ ਹੋਈ ਹੈ ਅਗਰ ਇਹ ਬਲੈਕ ਹੋਈ ਹੋਈ ਤਾਂ ਇਹ ਵੀ ਕੰਪਨੀ ਤੋਂ ਹੋਈ ਹੋਈ ਹੈ ਠੀਕ ਹੈ ਮਤਲਬ ਇਸ ਗੱਡੀ ਦੇ ਵਿੱਚ ਹਰ ਇੱਕ ਚੀਜ਼ ਪ੍ਰੋਪਰ ਪੂਰੀ ਮੇਨਟੇਨਡ ਹੈ ਇੱਕ ਵਾਰੀ ਗੱਡੀ ਅੰਦਰੋਂ ਫੇਰ ਦਿਖਾ ਦਿਓ ਭਾਜੀ ਗੱਡੀ ਦੀ ਇੰਟੀਰੀਅਰ ਦਿਖਾ ਦਿਓ ਗੱਡੀ ਦੇ ਇੱਕ ਵਾਰੀ ਮਤਲਬ ਇੰਟੀਰੀਅਰ ਐਕਸਟੀਰੀਅਰ ਦੀ ਕਾਰ ਬਿਲਕੁਲ ਨਵੀਂ ਭਾਜੀ ਬਾਡੀ ਲਾਈਨ ਨਵੀਂ ਮਤਲਬ ਕੁਝ ਨਹੀਂ ਗੱਡੀ ਦੇ ਵਿੱਚ ਕਰਵਾਉਣ ਦੀ ਲੋੜ ਓਕੇ ਵੀਰੇ ਬਹੁਤ ਮੇਨਟੇਨਡ ਕਾਰ ਹੈ ਸਿੰਗਲ ਹੈਂਡ ਚੱਲੀ ਹੋਈ ਗੱਡੀ ਜਦੋਂ ਭਾਈ ਬੈਠੋਗੇ ਨਾ ਉਹੀ ਆਪਾਂ ਕਹਿੰਦੇ ਨਵੀਂ ਵਾਲੀ ਫ੍ਰੈਗਰੈਂਸ ਆ ਬਿਲਕੁਲ ਬਿਲਕੁਲ ਭਾਜੀ ਨੂੰ ਗੱਡੀ ਨੂੰ ਟੱਚ ਕਰੋ ਗੱਡੀ ਦੇ ਅੰਦਰ ਬੈਠੋ ਮੈਂ ਕਹਿੰਦਾ ਤੁਹਾਨੂੰ ਮਤਲਬ ਚਲਾਉਣ ਦੀ ਟੈਸਟ ਡਰਾਈਵ ਲੈਣ ਦੀ ਵੀ ਲੋੜ ਨਹੀਂ ਹੈ ਮੇਰੀ ਫੁੱਲ ਗਰੰਟੀ 100% ਗਰੰਟੀ ਹੋਈ ਗੱਡੀ 'ਚ ਕੋਈ ਫਾਲਟ ਨਹੀਂ ਆਏਗੀ ਲੈ ਮੇਰੇ ਵੀਰੇ ਇੰਨੀ ਹਨਾ ਆਪਣੀ ਚੀਜ਼ ਬਾਰੇ ਇੰਨੀ ਜ਼ਿਆਦਾ ਕਹਿਣਾ ਕੋਈ ਆਪਾਂ ਕਹਿੰਦੇ ਹੋਈ ਨਹੀਂ ਆਪਾਂ ਲੈ ਕੇ ਕਿਸੇ ਹੋਰ ਦੀ ਗੱਡੀ ਆਏ ਹਾਂ ਖਰੀਦ ਕੇ ਪਰ ਕੰਫੀਡੈਂਸ ਸਾਨੂੰ ਪੂਰਾ ਹੈ ਕਿਉਂਕਿ ਇਹਦਾ ਸਾਰਾ 100% 0 ਕਿਲੋਮੀਟਰ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਸਰਵਿਸ ਰਿਕਾਰਡ ਸਾਡੇ ਕੋਲ A to Z ਪਿਆ ਹੈ ਔਰ ਉਹਨਾਂ ਨੇ ਬਹੁਤ ਮੇਨਟੇਨਡ ਗੱਡੀ ਰੱਖੀ ਹੈ ਮਤਲਬ ਹਰ ਛੋਟੀ ਛੋਟੀ ਚੀਜ਼ ਕੰਪਨੀ 'ਚ ਹਰ ਚੀਜ਼ ਕੰਪਨੀ 'ਚ ਇਹਦੇ ਪ੍ਰਾਈਜ਼ ਦੀ ਗੱਲ ਕਰ ਲਈ ਆਪਾਂ ਖਤਮ ਕਰੀਏ ਪ੍ਰਾਈਜ਼ ਰਹੇਗਾ ਹੈ ਨਾ ਪ੍ਰਾਈਜ਼ ਰਹੇਗਾ ਅਤੇ ਦੇਖੋ ਜੀ ਇਸ ਕੰਡੀਸ਼ਨ ਦੀਆਂ ਕਾਰਾਂ ਮਾਰਕੀਟ 'ਚ 21-22 ਲੱਖ ਰੁਪਏ ਦੀ ਮਿਲਦੀ ਹੈ 20 ਲੱਖ ਤੋਂ ਤਾਂ ਉੱਤੇ ਹੀ ਮਿਲਦੀ ਹੈ ਜੀ ਮੈਂ ਵੀ ਤਾਂ ਪ੍ਰਾਈਜ਼ ਸੋਚਿਆ ਸੀ ਮੈਂ 20 ਲੱਖ ਤੋਂ ਘੱਟ ਨਹੀਂ ਗੱਡੀ ਵੇਚਾਂਗਾ ਓਕੇ ਪਰ ਤੁਹਾਡੇ ਵਾਸਤੇ ਸਪੈਸ਼ਲੀ ਮੈਂ ਤਾਂ ਅੱਜ ਪ੍ਰਾਈਜ਼ ਬਣਾਇਆ ਤੁਹਾਡੇ ਆਉਣ ਤੋਂ ਪਹਿਲਾਂ ਇਹ ਗੱਡੀ ਆਪਾਂ ਦੇ ਦਾਂਗੇ 19 ਲੱਖ ਰੁਪਏ ਦੀ 19 ਲੱਖ ਰੁਪਏ ਅੱਜ ਤੱਕ ਕਿਸੇ ਨੂੰ ਨਹੀਂ ਪ੍ਰਾਈਜ਼ ਡਿਸਕਲੋਜ਼ ਕੀਤਾ ਯਾਰ ਸਿੱਧਾ 1 ਲੱਖ ਰੁਪਏ ਦਾ ਫਾਇਦਾ ਬਾਈ ਇਹ ਗੱਡੀ ਨਾ ਮੈਂ ਸਪੈਸ਼ਲੀ ਡੈਡੀਕੇਟਡ ਕਰਦਾ ਆਪਣੇ NRE ਭਰਾਵਾਂ ਵਾਸਤੇ ਨਾ ਵੀ ਜਿਹੜੇ ਪਹਿਲਾਂ ਉਰੋਂ ਆਪਣਾ NRPA ਲਾ ਕੇ ਬਾਹਰ ਗਏ ਅਤੇ ਉਰੇ ਦੁਬਾਰੋਂ ਫਿਰ ਤੁਸੀਂ ਆ ਰਹੇ ਹੋ ਬਾਈ ਹੈ ਨਾ ਉਹਦੇ ਲਈ ਵੈਲਕਮ ਦੇ ਤੌਰ 'ਤੇ 1 ਲੱਖ ਰੁਪਏ ਡਿਸਕਾਊਂਟ ਕਰਤਾ ਭਰਾਵਾਂ ਨੇ ਅਤੇ ਬਾਕੀ ਇੰਨਾ ਜ਼ਿਆਦਾ ਆਪਾਂ ਕਹਿੰਦੇ ਗਰੰਟੀ ਲਈ ਹੈ ਬਾਈ ਨੇ ਤਾਂ ਤੁਹਾਡੇ ਵਾਸਤੇ ਬਈ ਇਹ ਗੱਡੀ ਲਓ ਜੀ ਅਗਲੀ ਗੱਡੀ ਆ ਗਈ BMW ਆਪਣੇ ਲਵੇ ਜਿਹੜੇ ਭਰਾ ਕਹਿੰਦੇ ਨੇ ਬਈ ਸਾਨੂੰ
ਬਜਟ ਦੇ ਵਿੱਚ ਚਾਹੀਦੇ ਆ ਵੀ ਤੁਹਾਡਾ ਬਜਟ ਥੋੜ੍ਹਾ ਜਿਹਾ ਹੋਵੇ ਠੀਕ ਆ ਤੁਹਾਡੇ ਲਈ ਕਾਰ ਹੈਗੀ ਇਹੀ ਵੀ ਮਾਡਲ ਭਾਜੀ ਇਹ ਕਾਰ ਐਡੀ ਵਧੀਆ ਕੰਡੀਸ਼ਨ ਦੀ ਹੈ ਔਰ ਐਸੇ ਪ੍ਰਾਈਸ ਦੇ ਦਾਂਗਾ ਤੁਹਾਨੂੰ ਕਿਤੇ ਨਹੀਂ ਮਿਲੇਗੀ ਇਸ ਪ੍ਰਾਈਸ ਤੇ ਗੱਡੀ ਮੇਰਾ ਚੈਲੰਜ ਹੈ ਇਸ ਕੰਡੀਸ਼ਨ ਦੀ ਗੱਡੀ ਇਸ ਪ੍ਰਾਈਸ 'ਚ ਕਿਤੇ ਨਹੀਂ ਮਿਲੇਗੀ ਓਕੇ ਮਾਡਲ ਕਿੰਨਾ ਇਹ 2012 ਮਾਡਲ ਦੀ ਗੱਡੀ ਹੈ ਓਕੇ ਚੰਡੀਗੜ੍ਹ ਨੰਬਰ ਦੇ ਨਾਲ ਹੈ ਠੀਕ ਹੈ ਅੰਦਰੋਂ ਬ੍ਰਦਰ ਇੱਕ ਵਾਰ ਇਹਦਾ ਇੰਟੀਰੀਅਰ ਦਿਖਾ ਦਿਓ ਜਸਟ ਲਾਈਕ ਨਿਊ ਕਾਰ ਹੈ ਜੀ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਦੀ ਗੱਡੀ ਹੈ ਜੀ ਲਓ ਜੀ ਬਾਈ ਬਹੁਤ ਨਵੀਂ ਕਾਰ ਹੈ ਚੰਡੀਗੜ੍ਹ ਨੰਬਰ ਦੀ ਡੀਜ਼ਲ ਆਟੋਮੈਟਿਕ ਟਰਾਂਸਮਿਸ਼ਨ ਸਨਰੂਫ ਦੇ ਨਾਲ ਠੀਕ ਹੈ 520D 2012 ਠੀਕ ਹੈ ਵੀਰੇ ਠੀਕ ਹੈ ਲਓ ਜੀ ਹੁਣ ਰੇਟ ਦੀ ਗੱਲਬਾਤ ਕਰਦੇ ਆਂ ਤੇ ਬਸ ਜਿਹੜਾ ਤੁਸੀਂ ਸੋਚ ਰਹੇ ਸੀਗੇ ਨਾ ਉਸ ਤੋਂ ਵੀ ਸਸਤੀ ਕਾਰ ਹੈਗੀ ਇਹ ਦੇਖੋ ਸਸਤੀ ਤਾਂ ਪ੍ਰਾਈਸ ਤਾਂ ਆਪਾਂ ਘੱਟ ਦੇ ਹੀ ਰਹੇ ਆ ਪਰ ਕੰਡੀਸ਼ਨ 'ਚ ਵੀ ਆਪਾਂ ਗੱਡੀ ਬਿਲਕੁਲ ਨਵੀਂ ਵਰਗੀ ਕਾਰ ਦੇ ਰਹੇ ਹਾਂ ਗੱਡੀ 'ਚ ਕੋਈ ਕਮੀ ਦੇਖੋ ਜੀ ਅਸਲ 'ਚ ਵੀਰੇ ਪਤਾ ਕੀ ਹੈ ਫਰੈਂਡਸ ਕਾਰ ਲਾਈਨ ਆਪਾਂ ਕਹਿੰਦੇ ਚਲੋ ਐਕਸਪੀਰੀਅੰਸ ਸਾਡਾ ਹੈਗਾ ਜੀ ਵੀ ਇੱਥੇ ਕਦੇ ਮਾੜੀ ਕਾਰ ਦਾ ਮਿਲਦੀ ਹੈ ਕੋਈ ਪਿੱਛੇ ਨੰਬਰ ਵੀ ਦਿਖਾ ਦਿਓ ਜੀ ਕਾਰ ਦਾ ਇੱਕ ਵਾਰੀ ਲਓ ਜੀ ਬਾਈ ਨੰਬਰ ਦੇ ਨਾਲ ਹੈ ਜੀ ਗੱਡੀ 520D 2012 ਸਿਲਵਰ ਕਲਰ ਦੇ ਵਿੱਚ ਗੱਡੀ ਹੈ ਠੀਕ ਹੈ ਬਹੁਤ ਮੇਨਟੇਨਡ ਹੈ ਗੱਡੀ 'ਚ ਇੱਕ ਵੀ ਰੁਪਏ ਦਾ ਖਰਚਾ ਨਹੀਂ ਕਰਨਾ ਤੁਸੀਂ ਡੀਜ਼ਲ ਪਾਣਾ ਗੱਡੀ ਚਲਾਣੀ ਹੈ ਠੀਕ ਹੈ ਜੀ ਪ੍ਰਾਈਸ ਦੇ ਵਿੱਚ ਗੱਡੀ ਤੁਹਾਨੂੰ ਦੇ ਦਾਂਗੇ ਅੱਜ ਸਿਰਫ ਔਰ ਸਿਰਫ 9,80,000 ਰੁਪਏ ਦੀ 980 ਦੀ ਗੱਡੀ ਮੈਂ ਅੱਜ ਤੱਕ ਕਿਸੇ ਨੂੰ ਇਹ ਪ੍ਰਾਈਸ ਨਹੀਂ ਦਿੱਤਾ ਗੱਡੀ ਦਾ ਠੀਕ ਹੈ ਵੀਰੇ ਮਾਰਕੀਟ ਦੇ ਹਰ ਇੱਕ ਗੱਡੀ ਜਿਹੜੀ ਹੈਗੀ ਹੈ 11,5,500 ਰੁਪਏ ਦੀ ਇਸ ਕੰਡੀਸ਼ਨ ਦੀ ਗੱਡੀ ਲਓ ਜੀ ਬਾਈ ਚੈੱਕ ਇਸ ਕੰਡੀਸ਼ਨ ਦੀ ਗੱਡੀ ਤੁਹਾਨੂੰ 9,80,000 ਰੁਪਏ ਦੇਤੀ 10,00,000 ਵੀ ਤੋੜਦਾ ਆਪਾਂ ਐਂ ਕਰਦੇ ਹਾਂ ਬਾਈ ਟਰਾਈ ਕਰ ਆਇਓ ਹਾਂ ਟਰਾਈ ਕਰਕੇ ਆਇਆ ਬਿਲਕੁਲ ਠੀਕ ਆਹ ਵੀਰੇ ਇੱਕ ਹੋਰ ਆ ਜੋ ਜੀ ਤੋਹਫਾ ਤੁਹਾਨੂੰ ਦਿੰਦੇ ਆ ਇਹ ਵੀ ਤੋਹਫਾ ਇਹ ਭਾਜੀ 2012 ਹੀ ਮਾਡਲ ਗੱਡੀ ਹੈ ਹਾਂਜੀ ਤੇ ਇਹ ਗੱਡੀ ਜਿਹੜੀ ਹੈਗੀ ਆ 69,000 ਕਿਲੋਮੀਟਰ ਚੱਲੀ ਹੈ ਸਿਰਫ ਓਕੇ 70,000 ਕਿਲੋਮੀਟਰ ਚੱਲੀ ਹੈ ਹਾਂਜੀ ਹਾਂਜੀ ਟਾਇਰਸ ਬਿਲਕੁਲ ਬ੍ਰਾਂਡ ਨਿਊ ਹੈ ਠੀਕ ਹੈ ਡੀਜ਼ਲ ਹੈ ਆਟੋਮੈਟਿਕ ਹੈ ਸਨਰੂਫ ਦੇ ਨਾਲ ਹੈ ਔਰ ਪ੍ਰੀਮੀਅਮ ਪਲੱਸ ਮਾਡਲ ਹੈ ਜੀ ਗੱਡੀ ਦਾ ਪ੍ਰੀਮੀਅਮ ਪਲੱਸ ਹੈ ਜੀ ਕਾਰ ਦਾ ਨਵੀਂ ਕਾਰ ਹੈ ਜੀ ਬਿਲਕੁਲ ਨਵੀਂ ਔਰ ਗੱਡੀ 'ਚ ਕੋਈ ਵੀ ਚੀਜ਼ ਰੀਪੇਂਟ ਨਹੀਂ ਹੈ ਠੀਕ ਹੈ ਵੀਰੇ ਇਹ ਸਾਰੀ ਗੱਡੀ ਓਰੀਜਨਲ ਪੇਂਟ 'ਚ ਆ ਭਾਜੀ ਕਿਤੋਂ ਕੋਈ ਵੀ ਚੀਜ਼ ਰੀਪੇਂਟ ਨਹੀਂ ਹੈ ਸਾਰੀ ਗੱਡੀ ਓਰੀਜਨਲ ਅੰਦਰੋਂ ਇੰਟੀਰੀਅਰ ਦਿਖਾ ਦਿਓ ਇਹਦਾ ਓਕੇ ਟੈਨ ਇੰਟੀਰੀਅਰ ਦੇ ਵਿੱਚ ਗੱਡੀ ਹੈ ਸਾਰੀ ਓਰੀਜਨਲ ਹੈ 2012 ਮਾਡਲ ਹੈ ਕਿੰਨਾ ਰੇਟ ਹੈ ਦਾ 12 ਮਾਡਲ ਦੀਆਂ ਗੱਡੀਆਂ ਡੋਲੀ ਵਾਲਾ ਜੀ ਬਾਈ ਨੇ ਕਿਸੇ ਨੇ ਲੈਣੀ ਹੋਵੇ ਨਾ ਹੁਣ ਟ੍ਰੈਂਡ ਹੈ ਟ੍ਰੈਂਡ ਚੱਲ ਰਿਹਾ ਹੈ ਮਾਰਕੀਟ ਵਿੱਚ ਗੱਡੀ ਦੀ ਕੀਮਤ ਜਿਹੜੀ ਹੈਗੀ ਹੈ ਕਰੀਬ ਕਰੀਬ ਨਾ ਨਾ ਕਰਕੇ 11,00,000-12,00,000 ਦੀ ਕੀਮਤ ਹੈ ਇਸ ਕੰਡੀਸ਼ਨ ਦੀ ਗੱਡੀ ਦੀ ਪ੍ਰੀਮੀਅਮ ਪਲੱਸ ਟਾਇਰ ਨਵੇਂ ਬੈਟਰੀ ਨਵੀਂ ਇਹ ਗੱਡੀ ਸੈਕਿੰਡ ਓਨਰ ਹੈ ਓਕੇ ਠੀਕ ਹੈ ਜੀ ਔਰ ਇਸ ਗੱਡੀ ਦਾ ਪ੍ਰਾਈਜ਼ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 9,00,000 ਰੁਪਇਆ ਸਿਰਫ 9,00,000 ਸਪੈਸ਼ਲੀ ਤੁਹਾਡੇ ਵਾਸਤੇ ਚੁਣ ਕੇ ਗੱਡੀਆਂ ਰੱਖੀਆਂ ਹੋਈਆਂ ਠੀਕ ਹੈ 2012 ਮਾਡਲ ਸਾਰੀ ਗੱਡੀ ਓਰੀਜਨਲ ਠੀਕ ਹੈ ਟੋਟਲੀ ਗੱਡੀ ਓਰੀਜਨਲ ਬੰਪਰ ਵੀ ਓਰੀਜਨਲ ਗੱਡੀ ਦਾ ਚੱਕ ਲਓ ਟਾਇਰ 100% ਓਰੀਜਨਲ ਹਾਂਜੀ ਤੇ ਤੁਹਾਨੂੰ 9,00,000 ਰੁਪਏ ਦੀ ਕਾਰ ਦੇ ਦੇਣੀ ਆਪਾਂ ਨੇ ਲੋ ਵੀ ਲਗਭਗ ਨਾ ਕਰਦੇ ਕਾਰ 'ਚ ਤੁਹਾਡਾ 3-4 ਲੱਖ ਰੁਪਏ ਦਾ ਫਾਇਦਾ ਹੈਗਾ ਤੁਸੀਂ ਇਸ ਗੱਡੀ ਨੂੰ ਕੈਸ਼ ਦੇ ਕੇ ਲੈ ਜਾਣਾ ਆਪਣਾ ਲੋਨ ਪਰਸਨਲ ਜੋ ਵੀ ਕਰਾਉਣਾ ਤੁਸੀਂ ਆਪਣਾ ਕਰਾਉਂਦੇ ਹੋ ਤੁਹਾਨੂੰ ਸਸਤੀ ਗੱਡੀ ਦੇਤੀ ਲੋਨ ਵਾਲਾ ਚੱਕਰ 'ਚ ਨਹੀਂ ਪੈ ਸਕਦੇ ਆਪਾਂ ਇਸ 'ਚ ਠੀਕ ਹੈ ਤੁਸੀਂ ਬਸ ਕੈਸ਼ ਦਾ ਰੇਟ ਹੈ ਕੈਸ਼ ਵਾਲਾ ਰੇਟ ਹੈ ਠੀਕ ਹੈ 9,00,000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਲਓ ਜੀ ਬਾਈ ਆ ਜਾਓ ਤੁਹਾਨੂੰ ਅੰਦਰ ਇੱਕ ਹੋਰ ਕਾਰ ਦਿਖਾਉਣੇ ਆ ਲਓ ਜੀ ਬਾਈ ਆਹ ਵਾਲੀ ਗੱਡੀ ਨਾ ਵੀਰੇ ਕੀ ਗੱਲ ਵੇਚਣੀ ਨਹੀਂ ਨਹੀਂ ਵੇਚਣੀ ਹੈ ਗੱਡੀ ਨਾ ਹੁਣੇ ਹੁਣੇ ਹਜੇ ਨਾ ਅਸੀਂ ਲਿਆਂਦੀ ਹੀ ਹੈ ਮੈਂ ਕਹਿੰਦਾ ਐਜ਼ ਇਟ ਇਜ਼ ਕੰਡੀਸ਼ਨ ਦੇ ਵਿੱਚ ਹੀ ਗੱਡੀ ਦਿਖਾ ਦਿੰਦੇ ਆ ਅੱਛਾ ਐਜ਼ ਇਟ ਕੰਡੀਸ਼ਨ ਹੈ ਇਹਦਾ ਕੁਝ ਨਹੀਂ ਕਰਾਇਆ ਅਜੇ ਤੱਕ ਓਕੇ ਇਹਦੇ ਪਾਲਿਸ਼ ਵੀ ਨਹੀਂ ਹੋਈ ਗੱਡੀ ਜਿਵੇਂ ਹੈ ਉਵੇਂ ਇਸੇ ਕੰਡੀਸ਼ਨ ਦੀ ਗੱਡੀ ਅਸੀਂ ਲੈਂਦੇ ਆ ਲਓ ਵੀ ਪ੍ਰਭੂ ਦੇਖੋ ਆਹ ਵਾਲੀ ਕੰਡੀਸ਼ਨ ਦੀ ਕਾਰ ਲਈ ਹੋਈ ਹੈ ਬਾਈ ਹੋਰ ਦੇਖੋ ਹਲਕਾ ਫੁਲਕਾ ਨਿਸ਼ਾਨ ਪਿਆ ਆ ਇਹਦੀ ਡਿਟੇਲਿੰਗ ਨਹੀਂ ਹਾਲ ਤੱਕ ਕੋਈ ਚੈੱਕ ਕਰੋ ਕੁਝ ਵੀ ਨਹੀਂ ਹੋਇਆ ਜੀ ਮਤਲਬ 19 ਕੀ ਜਿਹੜਾ ਕੰਮ ਹੋਣ ਵਾਲਾ ਹੁੰਦਾ ਨਾ ਕੁਝ ਵੀ ਨਹੀਂ ਗੱਡੀ ਕੰਮ ਹੀ ਨਹੀਂ ਮੰਗ ਰਹੀ ਭਾਜੀ ਹਾਂ ਸ਼ੋਰੂਮ ਦੇ ਅੰਦਰ ਖੜਾਈ ਹੈ ਹੁਣੇ ਲਿਆਂਦੀ ਹੈ ਗੱਡੀ ਇਹ ਇਹ ਗੱਡੀ 2015 ਮਾਡਲ ਕਾਰ ਹੈ ਜੀ ਇਹ ਠੀਕ ਹੈ ਜੀ ਔਰ ਇਹ ਕਾਰ 74,000 ਕਿਲੋਮੀਟਰ ਚੱਲੀ ਹੈ 76,000 ਚੱਲੀ ਹੈ ਗੱਡੀ ਇਹ ਇਹਦੀ ਲਾਸਟ ਸਰਵਿਸ ਕੰਪਨੀ 74,000 ਤੇ ਹੋਈ ਹੈ ਹਾਂਜੀ ਠੀਕ ਹੈ ਪੂਰਾ ਸਰਵਿਸ ਰਿਕਾਰਡ ਏ ਟੂ ਜ਼ੈਡ ਆਪਣੇ ਕੋਲ ਹੈ ਸਿੰਗਲ ਹੈਂਡ ਚੱਲੀ ਹੋਈ ਹੈ ਅਗਲੇ ਸਾਲ ਦੇ ਅਪ੍ਰੈਲ ਤੱਕ ਇਹਦੀ ਨਾ ਇਸ ਹਾਂ ਅਗਲੇ ਸਾਲ ਦੇ 2024 ਦੇ ਜੁਲਾਈ ਜੂਨ ਜੁਲਾਈ ਤੱਕ ਇੰਸ਼ੋਰੈਂਸ ਵੀ ਫੁੱਲ ਹੈ ਗੱਡੀ ਦੀ ਓਕੇ ਬਹੁਤ ਅੱਛੀ ਕਾਰ ਹੈ ਹਾਈਲੀ ਮੇਨਟੇਨਡ ਹੈ ਪੂਰਾ ਸਰਵਿਸ ਰਿਕਾਰਡ ਹੈ ਡੀਜ਼ਲ ਹੈ ਆਟੋਮੈਟਿਕ ਹੈ ਸਨਰੂਫ ਦੇ ਨਾਲ ਇਹਦਾ ਹਰਿਆਣਾ ਦਾ ਨੰਬਰ ਹੈ ਕਾਰ ਦਾ ਠੀਕ ਹੈ ਬਹੁਤ ਸਾਫ਼ ਸੁਥਰੀ ਗੱਡੀ ਹੈ ਜਿਹੜਾ ਲੈ ਕੇ ਜਾਏਗਾ ਵੀ ਯਾਦ ਕਰੇਗਾ ਵੀ ਵਾਕਈ ਐਡੀ ਵਧੀਆ ਚੀਜ਼ ਦਿੱਤੀ ਹੈ ਇਹ ਈ ਕਲਾਸ ਹੈ E250 ਹੈ ਜੀ ਕਾਰ ਹੈ ਠੀਕ ਹੈ ਹੁਣ ਪ੍ਰਾਈਜ਼ ਦੀ ਗੱਲ ਰਹਿ ਗਈ ਆਪਾਂ ਤੁਹਾਨੂੰ ਪਹਿਲਾਂ ਵੀ ਗੱਡੀ ਦਿਖਾਈ ਹੈ ਈ ਕਲਾਸ ਉਹ ਤੁਹਾਨੂੰ ਲਾਸਟ ਪ੍ਰਾਈਜ਼ ਦਿੱਤਾ ਸੀ 19,00,000 ਰੁਪਏ ਦਾ ਠੀਕ ਹੈ ਹੁਣ ਇਹ ਗੱਡੀ ਜਿਹੜੀ ਹੈ ਉਹ ਆਪਾਂ ਐਜ਼ ਇਟ ਇਜ਼ ਜੇ ਲੈ ਜਾਂਦੇ ਹੋ ਤੇ ਤੁਹਾਨੂੰ ਇਹ ਗੱਡੀ ਦੇ ਦਾਂਗਾ 2015 ਮਾਡਲ ਗੱਡੀ 18,00,000 ਰੁਪਏ ਦੀ ਉਸ ਚੋਂ 1,00,000 ਹੋਰ ਘਟਾ ਕੇ ਤੁਹਾਨੂੰ ਦੇ ਦਿੱਤਾ ਜੀ ਠੀਕ ਹੈ ਮਤਲਬ ਬਹੁਤ ਅੱਛੀ ਗੱਡੀ ਹੈ ਜੀ ਬਹੁਤ ਹੀ ਵਧੀਆ ਗੱਡੀ ਹੈ ਫਸਟ ਓਨਰ ਫੁੱਲ ਇੰਸ਼ੋਰੈਂਸ ਹਰਿਆਣਾ ਨੰਬਰ ਗਲਾਸ ਟੌਪ ਵਾਲਾ ਮਾਡਲ ਹੈ ਡੀਜ਼ਲ ਹੈ ਆਟੋਮੈਟਿਕ ਹੈ 76,000 ਕਿਲੋਮੀਟਰ ਚੱਲੀ ਹੈ 74,000 ਤੱਕ ਕੰਪਨੀ ਸਰਵਿਸ ਮੇਰੇ ਕੋਲ 0 ਕਿਲੋਮੀਟਰ ਤੋਂ 74 ਤੱਕ ਸਾਰਾ ਹੀ ਸਰਵਿਸ ਰਿਕਾਰਡ ਸਾਰਾ ਰਿਕਾਰਡ ਪੂਰਾ ਦਿਖਾਦਾ ਦੋਨੋਂ ਚਾਬੀਆਂ ਦੂਜੀ ਚਾਬੀ ਹਜੇ ਤੱਕ ਯੂਜ਼ ਨਹੀਂ ਹੋਈ ਡੱਬੇ ਦੇ ਵਿੱਚ ਡੱਬਾ ਪੈਕ ਆਉਂਦੀ ਹੈ ਓਕੇ ਉਹ ਡੱਬਾ ਪੈਕ ਦੇ ਵਿੱਚ ਹੀ ਪਈ ਹੈ ਹਜੇ ਤੱਕ ਠੀਕ ਹੈ ਐਜ਼ ਇਟ ਇਜ਼ ਸਾਨੂੰ ਚਾਬੀ ਨਾਲ ਦੇ ਦਿੰਦੇ ਲਓ ਬਾਈ ਦੇਖੋ ਹਰੇਕ ਗੱਡੀ ਹੈ ਨਾ ਸਰਵਿਸ ਰਿਕਾਰਡ
कार नहीं लेनी चंगी कार। देखो पैसे हाँ। खर्चने थोड़ा घूमना जरूर चाहिए हाँ। एक बार देखो है ना लोगों का टमाटर लेने वास्ते चार एरिया से जाते हैं ना कार खरीदनी हो तो थोड़ी जगह तो जाओ घूमो गड्डियां देखो एक बार देखो ना च कंपैरिजन करो तुम्हें कार लेनी है फैमिली को घुमाना है कितने काम जाना जरूरी काम जाना है कितने भी है एमरजेंसी जाना ਤੁਹਾਡਾ ਵਹੀਕਲ ਚੱਲਦਾ ਚਾਹੀਦਾ ਹਰ ਟਾਈਮ ਮਤਲਬ ਵਧੀਆ ਗੱਡੀ ਹੋਣੀ ਚਾਹੀਦੀ ਹੈ ਜੇ ਤੁਸੀਂ ਪੈਸਿਆਂ ਦਾ ਕੰਪੈਰੀਜ਼ਨ ਕਰਕੇ ਕੋਈ ਚੀਜ਼ ਲੈ ਲਈ ਮੁੜ ਕੇ ਧੱਕੇ ਕਰਵਾਈ ਜਾਓ ਮਿਸਤਰੀ ਨੂੰ ਬੁਲਾਈ ਜਾਓ ਕੰਮ ਕਰਾਈ ਜਾਓ ਉਹਦਾ ਕੋਈ ਸਿਆਣਪ ਨਹੀਂ ਹੈਗੀ ਜੀ ਨਾਲੇ ਬੰਦਾ ਆਪਣਾ ਹਨਾ ਕੰਮ ਛੱਡਦਾ ਤੇ ਨਾਲੇ ਬਾਈ ਘਰ ਆਪਣੀ ਮਿਸਤਰੀ ਦੀ ਖੜੀ ਉਹਦਾ ਆਪਣੇ ਫੈਸਿਲਿਟੀਜ਼ ਦੱਸ ਦਈਏ ਛੋਟੀ ਜਿਹੀ ਆਪਾਂ ਸਾਡੇ ਕੋਲ ਸੇਲ ਪਰਚੇਜ਼ ਵੀ ਹੈਗਾ ਜੀ ਓਕੇ ਤੁਸੀਂ ਕਾਰ ਐਕਸਚੇਂਜ ਵੀ ਕਰ ਸਕਦੇ ਹੋ ਫਾਈਨੈਂਸ ਵੀ ਅਸੀਂ ਇੱਥੇ ਹੀ ਕਰਾਉਂਦੇ ਹਾਂ ਇੰਸ਼ੋਰੈਂਸ ਵੀ ਕਰਾਉਂਦੇ ਹਾਂ ਕੋਈ ਐਨ ਆਰ ਆਈ ਭਰਾ ਜਾਂ ਕੋਈ ਬਾਹਰ ਦਾ ਕਸਟਮਰ ਹੈ ਉਹਨੇ ਗੱਡੀ ਘਰੇ ਟ੍ਰਾਂਸਲੇਟ ਕਰਾਉਣੀ ਹੈ ਆਲ ਓਵਰ ਇੰਡੀਆ ਕਿਤੇ ਵੀ ਠੀਕ ਹੈ ਚਾਰਜਿਸ ਤੁਹਾਡੇ ਹੁੰਦੇ ਆ ਜਿਹਦੇ 'ਚ 10,000 ਵੀ ਹੋ ਸਕਦਾ 20 ਵੀ ਹੋ ਸਕਦਾ 30 ਵੀ ਹੋ ਸਕਦਾ ਉੱਥੇ ਡਾਇਰੈਕਟ ਪੇ ਕਰਨਾ ਟਰਾਲੇ ਵਾਲੇ ਨੂੰ ਜਿਹੜੇ ਆਪਣੇ ਟ੍ਰਾਂਸਲੇਟ ਕਰਦੇ ਆ ਤੁਹਾਡੇ ਡੋਰ ਸਟੈਪ 'ਤੇ ਸ਼ਿਪਿੰਗ ਵੀ ਕਰਾ ਦਾਂਗੇ ਘਰੇ ਵੀ ਗੱਡੀ ਭੇਜ ਦਾਂਗੇ ਠੀਕ ਹੈ ਐਨ ਓ ਸੀ ਤੁਹਾਨੂੰ ਪ੍ਰੋਪਰ ਟਾਈਮ ਟੂ ਟਾਈਮ ਮਿਲੇਗੀ ਅਗਰ ਟ੍ਰਾਂਸਫਰ ਤੁਸੀਂ ਚੰਡੀਗੜ੍ਹ ਮੋਹਾਲੀ ਜਾਂ ਨੀਅਰ ਬਾਏ ਕਿਤੇ ਨਾ ਕਿਤੇ ਟ੍ਰਾਂਸਫਰ ਕਰਨਾ ਤਾਂ ਟ੍ਰਾਂਸਫਰ ਵੀ ਕਰਾ ਕੇ ਦੇ ਦਾਂਗੇ ਗੱਡੀ ਠੀਕ ਹੈ ਅਦਰਵਾਈਜ਼ ਬਾਹਰ ਸਟੇਟ ਤੁਸੀਂ ਲੈ ਕੇ ਜਾਣੇ ਤਾਂ ਐਨ ਓ ਸੀ ਤੁਹਾਨੂੰ ਨਾਲ ਦੇ ਦਾਂਗੇ ਓਕੇ ਸਾਰੀਆਂ ਸਰਵਿਸਿਜ਼ ਸਾਡੇ ਕੋਲ ਮਿਲ ਜਾਂਦੀਆਂ ਓਕੇ ਹੁਣ ਇੱਕ ਗੱਲ ਕਰੀ ਵੀਰੇ ਅਗਰ ਨਾ ਕਿਸੇ ਭਰਾ ਨੇ ਕੋਈ ਮਿੱਤਰ ਹੁੰਦਾ ਨਾ ਦੇਖੋ ਗੱਡੀਆਂ ਲੈਂਦੇ ਵੀ ਨੇ ਤੇ ਗੱਡੀ ਸੇਲ ਵੀ ਕਰਨੀ ਹੁੰਦੀ ਹੈ ਕਿੱਦਾਂ ਦੀ ਗੱਡੀ ਤੁਸੀਂ ਬਾਈ ਕਰੋਗੇ ਦੇਖੋ ਸਾਡੇ ਕੋਲ ਜਿਹੜੀ ਐਕਸਚੇਂਜ ਗੱਡੀ ਲੈ ਕੇ ਆਣੀ ਉਹਦਾ ਮਾਡਲ ਨਾ ਕਰਕੇ ਤੁਹਾਡਾ ਕੋਈ ਕਰੀਬ 14 ਤੋਂ ਪਲੱਸ ਮਾਡਲ ਹੋਣਾ ਚਾਹੀਦਾ ਹੈ ਓਕੇ ਸਾਡੀ ਚੁਆਇਸ ਰਹੇਗੀ ਅਸੀਂ ਫਸਟ ਓਨਰ ਗੱਡੀ ਹੀ ਐਕਸਚੇਂਜ ਲਵਾਂਗੇ ਠੀਕ ਹੈ ਤੇ ਬਾਕੀ ਉਹਦੀ ਕੰਡੀਸ਼ਨ ਵਾਈਜ਼ ਆਪਾਂ ਖੁਦ ਦੇਖਾਂਗੇ ਉਹਦਾ ਸਰਵਿਸ ਰਿਕਾਰਡ ਪੂਰਾ ਦੇਖਾਂਗੇ ਅਗਰ ਐਕਸੈਪਟੇਬਲ ਹੋਏਗਾ ਕਿਉਂਕਿ ਅਸੀਂ ਵੀ ਉਹ ਕਾਰ ਦੁਬਾਰਾ ਕਿਸੇ ਭਰਾ ਨੂੰ ਦੇਣੀ ਹੈ ਜਦੋਂ ਸੇਲ ਕਰਨੀ ਤਾਂ ਅਸੀਂ ਕੋਈ ਵੀ ਚਲਦੀ ਫਿਰਦੀ ਗੱਡੀ ਨਹੀਂ ਐਕਸਚੇਂਜ ਕਰਾਂਗੇ ਠੀਕ ਹੈ ਕਾਰ ਸ਼ੁੱਡ ਬੀ ਗੁੱਡ ਐਂਡ ਗੁੱਡ ਕੰਡੀਸ਼ਨ ਅੱਛੀ ਗੱਡੀ ਹੋਏਗੀ ਅਸੀਂ ਤੁਹਾਨੂੰ ਅੱਛੀ ਚੀਜ਼ ਦੇ ਰਹੇ ਹਾਂ ਤੁਹਾਡੇ ਕੋਲ ਅੱਛੀ ਚੀਜ਼ ਲਵਾਂਗੇ ਓਕੇ ਠੀਕ ਹੈ ਦੂਜੀ ਚੀਜ਼ ਇੱਕ ਛੋਟੀ ਜਿਹੀ ਸ਼ਾਰਟ ਚ ਕਰਾਂਗੇ ਲੋਕੀ ਕਹਿੰਦੇ ਵੀ ਸਾਨੂੰ ਤੁਸੀਂ ਗਰੰਟੀ ਵਾਰੰਟੀ ਕੀ ਦੇ ਰਹੇ ਹੋ ਦੇਖੋ ਇਸ ਤਰ੍ਹਾਂ ਤੁਸੀਂ ਕਿਵੇਂ ਗੱਡੀ ਚਲਾਉਂਦੇ ਹੋ ਤੁਸੀਂ ਕਿਵੇਂ ਵਰਤਦੇ ਹੋ ਕਿੰਨੇ ਹੱਥਾਂ 'ਚ ਗੱਡੀ ਦਿੰਦੇ ਹੋ ਤੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਓਕੇ ਤੁਸੀਂ ਕਾਰ ਲੈ ਕੇ ਜਾ ਰਹੇ ਹੋ ਤੁਸੀਂ ਕਾਰ ਖੁਦ ਚੈੱਕ ਕਰੋ ਸਾਡੇ ਕੋਲ ਸਰਵਿਸ ਰਿਕਾਰਡ ਲਓ ਪ੍ਰੀਵੀਅਸਲੀ ਗੱਡੀ ਕਿਵੇਂ ਦੀ ਸੀ ਸਰਵਿਸ ਰਿਕਾਰਡ ਦੇ ਬਿਹਾਰ ਤੋਂ ਤੁਸੀਂ ਕਾਰ ਲੈ ਸਕਦੇ ਹੋ ਉਸ ਤੋਂ ਕੇਅਰ ਤੁਸੀਂ ਕਿਵੇਂ ਕਰਨੇ ਹੋ ਤੁਸੀਂ ਕਿਵੇਂ ਚਲਾਉਂਦੇ ਕਿਵੇਂ ਵਰਤਦੇ ਹੋ ਤੁਹਾਡੇ ਦੇ ਉੱਤੇ ਹੈ ਨਾ ਸਹੀ ਗੱਲ ਹੈ ਸੋ ਆਪਣੇ ਵੱਲੋਂ ਅਸੀਂ ਤੁਹਾਨੂੰ ਬੈਸਟ ਗੱਡੀ ਦੇਵਾਂਗੇ ਅੱਛਾ ਪ੍ਰਾਈਸ ਦੇਵਾਂਗੇ ਡਾਕੂਮੈਂਟਸ ਪੂਰੇ ਕੰਪਲੀਟ ਦੇਵਾਂਗੇ ਠੀਕ ਹੈ ਜੀ ਠੀਕ ਹੈ ਵੀਰੇ ਕਰ ਲਿਓ ਵਿਜ਼ਿਟ ਤੇ ਆਪਣਾ ਪੇਜ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਚੰਗੀਆਂ ਕਾਰਾਂ ਲੈਣ ਵਾਸਤੇ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ